श्री नानक पद पंकज बन्धन पद पंकज बन्धन सिमरो अंगद दुख निकंदन गुरु अमरदास हृदय नित हृदयन हृदय नित त्यामो ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਯਾਰ ਜੁਨ ਬੇਗ ਨਨ ਕੇ ਨਾਸ਼ਕ ਬੇਗ ਨਨ ਕੇ ਨਾਸ਼ਕ ਸ਼੍ਰੀ ਹਰ ਗੋਬਿੰਦ ਸ਼ੋਭ ਸੁਮਤ ਪਰਕਾਸ਼ਕ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋ हार कृष्ण मनाऊ बहुरी तेग बहादर ਪਰਮ ਕੀਰ ਪਾਲਾ ਪਰਮ ਕੀਰ ਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਤਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਰਪਾਦ ਜਗਦੀ ਸਮੇਂ ਅੰਮ੍ਰਿਤ ਗਿਆਨ ਹੈ ਮਾਨਿਕ ਪਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤ ਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸੋਏ ਸੁਨ ਪ੍ਰਥੀਏ ਧੀਰਜ ਦਈ ਕਿੰਮ ਬੋਲਤ ਬੈਨਾ ਲੈਨ ਸਮੇ ਗਾਦੀ ਅਬਹਿ ਕਿੰਮ ਬੈਠਿਬ ਐਨਾ ਪਿਛਲਿਆਂ ਦੀਵਾਨਾਂ ਦੇ ਵਿੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਸਰਵਨ ਕੀਤਾ ਸੀ ਗੁਰੂ ਰਿਤੀ ਆਸਤੀ ਪਾਵਨ ਕਥਾ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਭਰਾ ਹੈ ਪ੍ਰਿਥੀਚੰਦ ਹੈ ਉਹ ਗੱਦੀ ਦੇ ਵਾਸਤੇ ਬਹੁਤ ਹੀ ਵਲਕਦਾ ਪਿਆ ਹੈ। ਉਹਦੇ ਅੰਦਰ ਇਹ ਗੱਲਬਾਤ ਹੈ ਵੀ ਮੈਨੂੰ ਕਿਸੇ ਰੂਪ ਦੇ ਵਿੱਚ ਗੱਦੀ ਮਿਲ ਜਾਏ। ਸੋ ਇਹ ਜਿਹੜਾ ਪ੍ਰਸੰਗ ਸੀ ਆਪ ਜੀ ਨੇ ਪਿਛਲਿਆਂ ਦਿਵਾਨਾਂ ਦੇ ਵਿੱਚ ਸਰਵਨ ਕੀਤਾ ਸੀ ਵੀ ਉਹਨੇ ਚਿੱਠੀ ਲਿਖੀ ਹੈ ਜਹਾਂਗੀਰ ਬਾਦਸ਼ਾਹ ਲਾਹੌਰ ਪਹੁੰਚਦਾ ਹੈ ਤੇ ਜਿਹੜਾ ਚੰਦੂ ਹੈ ਉਹ ਪ੍ਰਥੀਏ ਦੀ ਵਕਾਲਤ ਕਰਦਾ ਹੈ ਇੱਥੋਂ ਤੱਕ ਆਪ ਜੀ ਨੇ ਇਤਿਹਾਸ ਦੀ ਕਥਾ ਸਰਵਨ ਕਰ ਲਈ ਸੀ ਸੋ ਆਓ ਹੁਣ ਆਪਾਂ ਨੇ ਇਸ ਲੜੀ ਨੂੰ ਅੱਗੇ ਤੋਰਨਾ ਹੈ ਆਪ ਜੀ ਨੇ ਬੜੇ ਪਿਆਰ ਦੇ ਨਾਲ ਅਦਬ ਸਤਿਕਾਰ ਦੇ ਨਾਲ ਸੋਧਰ ਬਾਣੀ ਦੇ ਪਾਠ ਸਰਵਨ ਕੀਤੇ ਹਨ ਸਮਾ ਹੋਇਆ ਹੈ ਗੁਰਿਤਿਆ ਅਸਤੀ ਪਾਵਨ ਕਥਾ ਦਾ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਪਾਈਏ ਗੁਰ ਫਤੇ ਨਾਲ ਸਾਝ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਪ੍ਰਿਥੀਏ ਤੀਰਜ ਦੇ ਕਿਮ ਬੋਲਤ ਬੈਨਾ ਲੈਨ ਸਮੇ ਗਾਦੀ ਅਭੈ ਕਿਮ ਬੈਠਵ ਐਨਾ ਪਿਛਲਿਆਂ ਦੀਵਾਨਾਂ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਕਿ ਪ੍ਰਿਥੀ ਚੰਦ ਜੋ ਕਿ ਮਾਲਵੇ ਦਾ ਜਿਹੜਾ ਪਿੰਡ ਹੈ ਕੋਠਾ ਉਹਦੇ ਵਿੱਚ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਜਹਾਂਗੀਰ ਲਾਹੌਰ ਆ ਗਿਆ ਤੇ ਉਹਨੇ ਚਿੱਠੀ ਲਿਖੀ ਚੰਦੂ ਨੂੰ ਵੀ ਭਾਈ ਮੈਂ ਤੇਰੇ ਆਸਰੇ ਤੇ ਹਾਂ ਬਾਦਸ਼ਾਹ ਜਹਾਂਗੀਰ ਲਾਹੌਰ ਪਹੁੰਚ ਚੁੱਕਾ ਹੈ ਮੈਂ ਜਿੱਥੇ ਵੀ ਮੇਰੀ ਲੋੜ ਹੋਏਗੀ ਜੇ ਤੂੰ ਮੈਨੂੰ ਬੁਲਾਵੇਂਗਾ ਮੈਂ ਛੇਤੀ ਨਾਲ ਆ ਜਾਵਾਂਗਾ ਚੰਦੂ ਨੇ ਸੋਚਿਆ ਤੇ ਮਨ ਵਿੱਚ ਸੋਚਣ ਲੱਗਾ ਵੀ ਬਾਦਸ਼ਾਹ ਦੇ ਦਰਬਾਰ 'ਚ ਜਾ ਕੇ ਮੈਂ ਫਰਿਆਦ ਕਰਦਾ ਹਾਂ ਅਗਲੇ ਦਿਨ ਕਚਹਿਰੀ ਲੱਗੀ ਤੇ ਕਚਹਿਰੀ ਦੇ ਵਿੱਚ ਕੀ ਹੋਇਆ ਕਿ ਉੱਥੇ ਜਿਹੜਾ ਚੰਦੂ ਹੈ ਉਹਨੇ ਮੋਖਾ ਪਾ ਕੇ ਤੇ ਗੱਲਬਾਤ ਕੀਤੀ ਉਹੀ ਪੁਰਾਣਾ ਪ੍ਰਸੰਗ ਛੇੜਿਆ ਵੀ ਬਾਦਸ਼ਾਹ ਸਲਾਮਤ ਵੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਗੱਦੀ ਤੇ ਬਹਿ ਗਏ ਉਹਨਾਂ ਦਾ ਜਿਹੜਾ ਛੋਟਾ ਭਰਾ ਪ੍ਰਥੀਆ ਹੈ ਉਹ ਪੁਕਾਰਾਂ ਕਰਦਾ ਪਿਆ ਠੋਕਰਾਂ ਖਾਂਦਾ ਪਿਆ ਹੈ ਉਹਨੂੰ ਇਨਸਾਫ਼ ਦਿਲਾਓ ਬਾਦਸ਼ਾਹ ਦਾ ਕੰਮ ਹੁੰਦਾ ਇਨਸਾਫ਼ ਦੇਣਾ ਤੇ ਉਹਨੂੰ ਤੁਸੀਂ ਨੇ ਇਨਸਾਫ਼ ਦਿਵਾਣਾ ਹੈ ਇਥੇ ਪ੍ਰਿਥੀ ਚੰਦ ਦੀ ਹਾਮੀ ਭਰੀ ਗਈ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਵਿਰੁੱਧ ਆਪ ਸ਼ਬਦ ਬੋਲੇ ਗਏ ਨੇ ਤੇ ਚੰਦੂ ਕਹਿ ਰਿਹਾ ਵੀ ਦੋਵਾਂ ਨੂੰ ਕਚਹਿਰੀ ਵਿੱਚ ਬੁਲਾ ਕੇ ਗੁਰੂ ਅਰਜੁਨ ਦੇਵ ਤੇ ਪ੍ਰਿਥੀ ਚੰਦ ਦੋਵਾਂ ਨੂੰ ਬੁਲਾ ਕੇ ਦੋਨਾਂ ਦਾ ਸਮਝੌਤਾ ਕਰਾਓ ਜੋ ਆਪਸ ਦੇ ਵਿੱਚ ਵਿਵਾਦ ਹੈ ਜਹਾਂਗੀਰ ਬਾਦਸ਼ਾਹ ਕਹਿੰਨ ਗਾ ਵੀ ਆਪਾਂ ਗੁਰੂ ਅਰਜਨ ਸਾਹਿਬ ਨੂੰ ਨਹੀਂ ਬੁਲਾਣਾ ਪ੍ਰਿਥੀ ਚੰਦ ਨੂੰ ਪਹਿਲਾਂ ਬੁਲਾਣੇ ਹਾਂ ਬਾਅਦ ਵਿੱਚ ਗੁਰੂ ਪਾਤਸ਼ਾਹ ਨੂੰ ਬੁਲਾਇਆ ਜਾਏਗਾ ਪਹਿਲਾਂ ਸੱਦਾ ਭੇਜੋ ਪ੍ਰਿਥੀ ਚੰਦ ਨੂੰ ਬੁਲਾਓ ਪ੍ਰਿਥੀ ਚੰਦ ਵੱਲ ਬੰਦਾ ਭੇਜਿਆ ਗਿਆ ਪ੍ਰਿਥੀ ਚੰਦ ਬੜਾ ਖੁਸ਼ ਹੋਇਆ ਤਿਆਰ ਹੋ ਗਿਆ ਵੀ ਹੁਣ ਜਹਾਂਗੀਰ ਬਾਦਸ਼ਾਹ ਨੇ ਸੱਦ ਲਿਆ ਤੇ ਹੁਣ ਤੇ ਗੱਦੀ ਮਿਲ ਗਈ ਤੁਰਨ ਲੱਗਾ ਹੈ ਤੇ ਇੱਥੇ ਆਉਂਦੀ ਜਿਹੜੀ ਘਰ ਵਾਲੀ ਕਰਮੋ ਉਹਨੇ ਰੋਕਿਆ ਕਰਮੋ ਨੇ ਰੋਕਿਆ ਵੀ ਹੁਣ ਆਪਣਾ ਠੀਕ ਚੱਲਦਾ ਪਿਆ ਹੈ ਮੁਗਲਾਂ ਦੇ ਦਰਬਾਰ 'ਚ ਜਾ ਕੇ ਆਪਾਂ ਇੱਜ਼ਤ ਨਾ ਗਵਾਈਏ ਮੇਰਾ ਛਿਤ ਨਹੀਂ ਕਰਦਾ ਤੁਹਾਨੂੰ ਭੇਜਣ ਨੂੰ ਕੁਝ ਕੋ ਗੱਲਾਂ ਕਰਮੋ ਨੇ ਕਈਆਂ ਨੇ ਤੇ ਜਿਹਨੂੰ ਸੁਣ ਕੇ ਪ੍ਰਿਥੀ ਚੰਦ ਧੀਰਜ ਦੇਂਦਾ ਹੈ ਕਹਿੰਦਾ ਭਾਗਵਾਨ ਇਹ ਕਿਦਾਂ ਦੇ ਬੋਲ ਬੋਲਦੀ ਪਈ ਹੈ ਹੁਣ ਗੱਦੀ ਲੈਣ ਦਾ ਸਮਾਂ ਆਇਆ ਹੈ ਕਿੰਨੀ ਦੇਰ ਤੂੰ ਇੰਤਜ਼ਾਰ ਕਰਦੇ ਪਏ ਹਾਂ ਮੈਂ ਕਿਵੇਂ ਘਰ ਬੈਠਾ ਰਹਾ ਮੈਂ ਹੁਣ ਗੱਦੀ ਲੈਣ ਵਾਸਤੇ ਲਾਹੌਰ ਜਾ ਰਿਹਾ ਹਾਂ ਜੇਤ ਰਹਿ ਰਿਪ ਕੋ ਹਤ ਹੈ ਪੁਨ ਮਿਲ ਹੈ ਆਈ ਜਿਤਨੇ ਚਿਰ ਤੱਕ ਆਪਣਾ ਦੁਸ਼ਮਣ ਜਿਉਂਦਾ ਹੈ ਉਹਨੂੰ ਮਾਰਿਆ ਨਹੀਂ ਜਾਂਦਾ ਉਦੋਂ ਤੱਕ ਗੱਦੀ ਨਹੀਂ ਮਿਲ ਸਕਦੀ ਸਾਡੇ ਜਿਉਂਦਿਆਂ ਜੀ ਸਾਡਾ ਦੁਸ਼ਮਣ ਜਿਉਂਦਾ ਰਹਿ ਜਾਵੇ ਇਹ ਕਦੇ ਵੀ ਨਹੀਂ ਹੋ ਸਕਦਾ ਦੁਸ਼ਮਣ ਨੂੰ ਬਾਰਨ ਤੂੰ ਬਿਨਾ ਗੱਦੀ ਨਹੀਂ ਮਿਲ ਸਕਦੀ ਨਤ ਬੈਠੋਂ ਦਰਸ਼ਾ ਹੋ ਕੇ ਲਿਓ ਕਿ ਮੈਂ ਰਜਾਈ ਜਦੋਂ ਤੱਕ ਗੱਦੀ ਨਹੀਂ ਮਿਲੇਗੀ ਮੈਂ ਬਾਦਸ਼ਾਹ ਦੇ ਦਰ ਤੇ ਬੈਠਾ ਰਾਵਾਂਗਾ ਕਿਸੇ ਤਰੀਕੇ ਨਾਲ ਖੁਸ਼ ਕਰ ਲਵਾਂਗਾ ਉਹਨੂੰ ਰਜਾ ਲਵਾਂਗਾ ਮਿਹਰਬਾਨ ਮਮ ਪੁੱਤਰ ਸੁਖ ਬਹੁ ਵਿਦਕੇ ਪਾਵੇ ਤੇ ਪ੍ਰਿਥੀਚੰਦ ਘਰਵਾਲੀ ਨੂੰ ਕਹਿੰਦਾ ਹੈ ਵੀ ਮੇਰੇ ਤੋਂ ਪਿੱਛੇ ਜਿਹੜਾ ਮਿਹਰਬਾਨ ਪੁੱਤਰ ਹੈ ਇਹ ਗੱਡੀ ਤੇ ਬੈਠੇਗਾ ਬੜੇ ਸੁੱਖ ਦੀ ਪ੍ਰਾਪਤੀ ਕਰੇਗਾ ਭਾਵ ਇਹਦੇ ਕੋਲ ਦੁਨੀਆ ਦੇ ਅੰਨ ਧਨ ਅਨੇਕਾਂ ਤਰ੍ਹਾਂ ਦੇ ਜਿਹੜੇ ਪਦਾਰਥ ਨੇ ਪਿਟਾਵਾਂ ਚੜਨ ਗਿਆ ਇਹ ਫਿਰ अनेका ਤਰ੍ਹਾਂ ਦਾ ਸੁਖ ਭੋਗੇਗਾ ਮੋਹੇ ਆਰ ਬਲ ਬਿਤ ਗਈ ਦਿਨ ਅਲਪ ਰਹਾਵੇਂ ਤੇ ਪ੍ਰਿਥੀ ਚੰਦ ਕਹਿੰਦਾ ਕਰਮੋ ਨੂੰ ਮੇਰੀ ਤੇ ਜਿਹੜੀ ਆਰਬਲਾ ਉਮਰ ਬਤੀਤ ਹੋ ਗਈ ਬਸ ਕੁਝ ਕੁ ਦਿਨਾਂ ਦਾ ਮੈਂ ਮਹਿਮਾਨ ਹਾਂ ਅੰਕਲਿਓ ਮਿਲ ਪ੍ਰੇਮ ਕਰ ਸੂਗਤ ਮੁਖ ਭਾਲਾ ਤੇ ਮਿਰਵਾਨ ਨੂੰ ਆਪਣੀ ਗੋਦ ਵਿੱਚ ਲਿਆ ਤੇ ਉਹਦਾ ਜਿਹੜਾ ਮੱਥਾ ਹੈ ਚੁੰਮਦਾ ਹੈ ਸਰਬ ਰੀਤ ਸਮਝਾਏ ਕਾ ਚਾਹਤ ਚਿਤ ਚਾਲਾ ਤੇ ਸਾਰਾ ਕੁਝ ਸਮਝਾ ਕੇ ਤੇ ਇਹਨੇ ਲਾਹੌਰ ਨੂੰ ਚਾਲੇ ਪਾਏ ਹਨ ਨਹਿ ਪ੍ਰਿਥੀਆ ਕੋਛ ਮਨ ਗਿਨੇ ਮਮ ਪਖੀ ਚੰਦੂ ਹੁਣ ਪ੍ਰਥੀਏ ਨੂੰ ਸਮਝ ਨਹੀਂ ਲੱਗਦੀ ਵੀ ਵੀ ਗਲਤ ਰਸਤੇ ਤੇ ਤੁਰਦਾ ਪਿਆ ਉਹ ਸਮਝਦਾ ਹੈ ਵੀ ਜਿਹੜਾ ਚੰਦੂ ਮੇਰਾ ਪਖੀ ਹੈ ਲਾਪੁਰ ਚਲ ਕਰ ਹਹਿ ਜਤਨ ਕਰ ਅਨਜਨ ਕੰਦੂ ਤੇ ਸੋਚਦਾ ਵੀ ਲਾਹੌਰ ਜਾ ਕਰਕੇ ਆਪਣੇ ਭਰਾ ਨੂੰ ਖਤਮ ਕਰਨ ਦਾ ਮੈਂ ਯਤਨ ਕਰਾਂਗਾ ਦਾਸ ਸਿੱਖ ਗਨ ਸੰਗ ਲੈ ਪਛਮ ਮੁਖ ਕੀਨਾ ਤੇ ਉਹਨੇ ਪਛਮ ਦਿਸ਼ਾ ਦੇ ਵੱਲ ਵੈਸਟ ਦੇ ਮਲ ਮੂਹ ਕੀਤਾ ਹੈ ਆਪਣੇ ਦਾਸ ਲੈਨੇ ਆਪਣੇ ਸੇਵਕਾਂ ਨੂੰ ਨਾਲ ਲਿਆ ਪ੍ਰਿਥੀ ਚੰਦ ਲਾਹੌਰ ਨੂੰ ਤੁਰ ਪੈਂਦਾ ਹੈ ਗਮਨਿਓ ਮਾਰਗ ਛਿਪ ਪ੍ਰਕਰ ਤ੍ਰਿਸ਼ਨਾ ਕੇ ਦੀਨਾ ਤੇ ਕਵੀ ਜੀ ਕਹਿਣ ਲਗੇ ਨੇ ਗਮਨਿਓ ਮਾਰਗ ਛਿਪ ਪ੍ਰਕਰ ਤ੍ਰਿਸ਼ਨਾ ਕੇ ਦੀਨਾ ਜਿਹੜਾ ਪ੍ਰਿਥੀ ਚੰਦ ਹੈ ਤ੍ਰਿਸ਼ਨਾ ਦੇ ਅਧੀਨ ਮਾਰਗ ਦੇ ਵਿੱਚ ਰਸਤੇ ਦੇ ਉੱਤੇ ਤੁਰਿਆ ਜਾ ਰਿਹਾ ਹੈ। ਨਿਸ਼ ਬਿਸਰਾ ਮਹਿ ਦਿਨ ਚਲਹਿ ਦਿਨ ਥੋਰ ਨਮਾਹੂ। ਬਥੋੜੇ ਦਿਨਾਂ ਦੇ ਵਿੱਚ ਇਹਨਾਂ ਨੇ ਲਾਹੌਰ ਪਹੁੰਚ ਜਾਣਾ ਹੈ। ਰਾਤ ਦੇ ਸਮੇਂ ਉਹ ਰਾਹ ਦੇ ਵਿੱਚ ਕਿਤੇ ਡੇਰਾ ਕਰ ਲੈਂਦੇ ਨੇ, ਕੈਂਪ ਲਾ ਲੈਂਦੇ ਹਨ। ਪਹੁੰਚੋ ਤਰਨ ਤਰਨ ਨਿਕਟ ਬੋਲੇ ਨਰਪਾਹੂ। ਤੇ ਤਰਨ ਤਰਨ ਦੇ ਕੋਲ ਪਹੁੰਚ ਗਿਆ ਤੇ ਪ੍ਰਿਥੀ ਚੰਦ ਦੇ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਪ੍ਰਿਥੀ ਚੰਦ ਨੂੰ ਆਖਦਾ ਹੈ। ਗੁਰੂ ਰਚਿਓ ਤੀਰਥ ਮਹਾ ਮੱਜਨ ਕਰ ਲੀਜੈ। ਤੇ ਪ੍ਰਿਥੀ ਚੰਦ ਦਾ ਇੱਕ ਜਿਹੜਾ ਨੌਕਰ ਉਹਦਾ ਸੇਵਕ ਲਗਾ ਪ੍ਰਿਥੀ ਚੰਦ ਜੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੇ ਇਹ ਤੀਰਥ ਰਚਿਆ ਹੈ ਤਰਨ ਤਰਨ ਦਾ ਭਾਵ ਇੱਥੇ ਸਰੋਵਰ ਤਿਆਰ ਕੀਤਾ ਹੈ ਇੱਥੇ ਆਪਾਂ ਇਸ਼ਨਾਨ ਕਰ ਲੈਂਦੇ ਹਾਂ ਚਲ ਡੇਰਾ ਆਗੇ ਕਰੈ ਨਿਸ ਪਰਿ ਲਖੀ ਜੈ ਤੇ ਅੱਗੇ ਚੱਲ ਕੇ ਆਪਾਂ ਡੇਰਾ ਕਰ ਲਵਾਂਗੇ ਕਿਤੇ ਆਪਣੇ ਤੰਬੂ ਲਾ ਲਵਾਂਗੇ ਕਿਉਂਕਿ ਅੱਗੇ ਰਾਤ ਪੈਣ ਵਾਲੀ ਹੈ ਚਲ ਕੋਸ ਬਹੁ ਸ਼ਮਰਤ ਹੈ ਕਰ ਲੈ ਬਿਸਰਾਮੂ ਬੜਾ ਕੋ ਆਪਾਂ ਚੱਲ ਲਿਆ ਹੈ ਭਾਵ ਕਾਫੀ ਮਾਈਲਸ ਕਾਫੀ ਕਿਲੋਮੀਟਰ ਦੀ ਦੂਰੀ ਆਪਾਂ ਨੇ ਤੈਅ ਕਰ ਲਈ ਹੈ ਸਰੀਰ ਜਿਹੜਾ ਥੱਕ ਗਿਆ ਹੈ ਰਾਤ ਨੂੰ ਵਿਸ਼ਰਾਮ ਕਰਾਂਗੇ ਇੱਥੇ ਨਹਾ ਕੇ ਤੇ ਅੱਗੇ ਤੁਰ ਪੈਨੇ ਹਾਂ ਸੁਨ ਪ੍ਰਿਥੀਆ ਰਿਸ਼ ਕਰ ਕਹੈ ਜਿਸ ਕੋ ਮਨ ਤਾਮੂ ਤੇ ਜਦੋਂ ਪ੍ਰਿਥੀਚੰਦ ਦੇ ਬੰਦਿਆਂ ਦੇ ਵਿੱਚੋਂ ਇੱਕ ਨੇ ਕਹਿਣਾ ਕੀਤਾ ਵੀ ਤਰਨ ਤਰਨ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨੇ ਹ ਪ੍ਰਿਥੀਚੰਦ ਗੁੱਸੇ ਵਿੱਚ ਆ ਗਿਆ ਉਹ ਪ੍ਰਿਥੀ ਚੰਦ ਜਿੰਦਾ ਜਿਹੜਾ ਮਨ ਹੈ ਉਹ ਟੇਡਾ ਹੈ ਇਹ ਛਪੜੀ ਤੀਰਥ ਨਹੀਂ ਫਲ ਕਹਨ ਹਾਏ ਤੇ ਗੁੱਸੇ ਚ ਕੈਨ ਕਾਏ ਤੇ ਛਪੜੀ ਏ ਸਰੋਵਰ ਨੂੰ ਕਹਿੰਦਾ ਵੀ ਇਹ ਤੇ ਛਪੜੀ ਏ ਇਹਦੇ ਵਿੱਚ ਨਹਾਣ ਦਾ ਕੋਈ ਫਾਇਦਾ ਨਹੀਂ ਹੈ ਨਹੀਂ ਗੁਰ ਕੋ ਰਚਤ ਥਲ ਕਛ ਪੂਰਨ ਨ ਪਾਏ ਇਹ ਕਿਸੇ ਗੁਰੂ ਦਾ ਨਹੀਂ ਰਚਿਆ ਇਹ ਜਿਹੜਾ ਥਾਂ ਹੈ ਸੰਪੂਰਨ ਨਹੀਂ ਹੈ ਤੁਰਕਨ ਚੀਨ ਪਚਾਵਨ ਰਚ ਬੈ ਨਹੀਂ ਦੀਨੂ ਬਿ ਤੁਰਕਾਂ ਨੇ ਮੁਗਲਾਂ ਨੇ ਕੀ ਕੀਤਾ ਸੀ ਇੱਟਾਂ ਦੇ ਆਵੇ ਉਹ ਖੋਲੇ ਸਨ ਇੱਟਾਂ ਖੋਲੀਆਂ ਸਨ ਤੇ ਇਸ ਥਾਂ ਨੂੰ ਪੂਰਾ ਕੰਪਲੀਟ ਨਹੀਂ ਹੋਣ ਦਿੱਤਾ ਸੀ ਚਲੋ ਅਗਾਰੀ ਦੇਖੀਐ ਤੀਰਥ ਹਮਕੀਨੋ ਤੇ ਆਪਣੇ ਬੰਦਿਆਂ ਨੂੰ ਕਹਿ ਲੰਗਾ ਚਲੋ ਮੇਰੇ ਨਾਲ ਅੱਗੇ ਲਾਹੌਰ ਚਲੋ ਮੈਂ ਤੁਹਾਨੂੰ ਇੱਕ ਤੀਰਥ ਦਿਖਾਉਂਦਾ ਹਾਂ ਤਹਾਂ ਕਰਹਿ ਬਿਸਰਾਮ ਕੋ ਅਗਾਰੀ ਦੇਖ ਸ਼ਰਮ ਸਭ ਨਿਰਵਾਰੈ ਕਿਨ ਲਗ ਭੀ ਤਰਨ ਤਰਨ ਤੂੰ ਅੱਗੇ ਛਲੋ ਮੈਂ ਤੁਹਾਨੂੰ ਤੀਰਤ ਦਿਖਾਉਣਾ ਹਾਂ ਉੱਥੇ ਤੁਸੀਂ ਆਰਾਮ ਕਰਿਓ ਆਪਣੀ ਥਕਾਵਟ ਨੂੰ ਦੂਰ ਕਰਿਓ ਭਲੇ ਅਸੂਦੇ ਹੋਏ ਹਨ ਦਿਨ ਦੋਏ ਤਵ ਟਾਰੈ ਬਸ ਆਪਾਂ ਨੇ 2-3 ਦਿਨਾਂ ਦੇ ਵਿੱਚ ਸੁਖੀ ਹੋ ਜਾਣਾ ਹੈ ਭਾਵ ਆਪਣੀ ਮੰਜ਼ਲ ਤੇ ਡੈਸਟੀਨੇਸ਼ਨ ਤੇ ਪਹੁੰਚ ਜਾਣਾ ਹੈ ਬਿਨਹੇਰੇ ਗੁਰਥਾਨ ਕੋ ਚਲ ਜਾਤ ਗਾਰੀ ਤੇ ਪ੍ਰਿਥੀ ਚੰਦ ਨੇ ਉਸ ਰੋਵਰ ਦੇ ਵੱਲ ਤੱਕਿਆ ਨਾ ਤੇ ਸਿੱਧਾ ਜਾ ਰਿਹਾ ਹੈ ਜਾਏ ਪਹੁੰਚਿਓ 헤 ਹਰੀ ਉਤਰੈ ਉਮਦ ਪahari ਤੇ 헤ਰੀ ਪਿੰਡ ਪਹੁੰਚ ਗਿਆ ਲਾਹੌਰ ਤੋਂ ਕੁਝ ਦੂਰੀ ਦੇ ਉੱਤੇ ਇਹ ਜਿਹੜਾ 헤ਰੀ ਪਿੰਡ ਸੀ ਇੱਥੇ ਪਹੁੰਚ ਗਿਆ ਸਾਜੋ ਸਮਾਨ ਇਹਨੇ ਉਤਾਰਾ ਭਾਵ ਆਪਣੇ ਸਮਾਜੋ ਸਾਜੋ ਸਮਾਨ ਦਾ ਉਤਾਰਾ ਕੀਤਾ ਹੈ ਸਿੱਖਣ ਕੋ ਉਪਦੇਸ਼ ਤੋਂ ਇਹ ਤੀਰਤਾਛੋ ਤੇ ਇਹਨੇ 헤ਰੀ ਪਿੰਡ ਦੇ ਵਿੱਚ ਸਰੋਵਰ ਵੀ ਬਣਾਇਆ ਸੀ ਉਹਦੇ ਵਿੱਚ ਸਥਾਨ ਵੀ ਇੱਕ ਬਣਾਇਆ ਸੀ ਤੇ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ ਕਹਿਣ ਲੱਗਾ ਵੀ ਇਹ ਮੇਰਾ ਤੀਰਥ ਹੈ ਇਹ ਬੜਾ ਸੋਨਾ ਮੈਂ ਤੀਰਥ ਤਿਆਰ ਕੀਤਾ ਹੈ ਮੱਜੋ ਸਰਦਾਤ ਹਰ ਕਰ ਪ੍ਰਾਪਤ ਜੋ ਵਾਂਛੋ ਤੇ ਆਪਣੇ ਸਿੱਖਾਂ ਸੇਵਕਾਂ ਨੂੰ ਨੌਕਰਾਂ ਨੂੰ ਕਹਿਣ ਲੱਗਾ ਇੱਥੇ ਨਹਾਣਾ ਕਰੋ ਜੋ ਤੁਹਾਡੀ ਮੁਰਾਦ ਇੱਥੇ ਪੂਰੀ ਹੋਵੇਗੀ ਵਿਸਰਾਮੋ ਸ਼੍ਰਮ ਪਰ ਹਰ ਹੋ ਪੁਨ ਲਭੁਰ ਚਾਲੈ ਵੀ ਇੱਥੇ ਤੁਸੀਂ ਨਹਾ ਕੇ विश्राम ਕਰੋ ਥਕਾਵਟ ਦੂਰ ਕਰੋ ਫਿਰ ਆਪਾਂ ਲਾਹੌਰ ਜਾਵਾਂਗੇ ਖਾਣ ਪਾਨ ਕੀਨਸ ਪੁਨ ਹੈ ਕਰ ਸਾਦ ਵਿਸਾਲੈ ਤੇ ਉਹਨਾਂ ਨੇ ਉਤਾਰਾ ਕੀਤਾ ਸਾਰੇ ਗਰੁੱਪ ਨੇ ਤੇ ਖਾਣਾ ਪੀਣਾ ਕੀਤਾ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਹੁਣ ਪ੍ਰਿਥੀ ਚੰਦ ਇੱਥੇ ਇੱਕ ਗੱਲ ਕਹਿ ਰਿਹਾ ਵੀ ਤੁਸੀਂ ਇੱਥੇ ਨਹਾਓ ਤੁਹਾਡੀ ਇੱਛਾ ਪੂਰੀ ਹੋ ਜਾਏਗੀ ਹੁਣ ਕਮਾਲ ਦੀ ਗੱਲ ਆਪਣੀ ਇਹਦੀ ਮਨੋ ਕਾਮਨਾ ਪੂਰੀ ਨਹੀਂ ਹੋਈ ਗੱਦੀ ਲੈਣ ਵਾਸਤੇ ਤੜਫਦਾ ਪਿਆ ਹੈ ਪਰ ਆਪਣੀ ਸੇਵਕਾਂ ਨੂੰ ਨੌਕਰਾਂ ਨੂੰ ਕਹਿ ਰਿਹਾ ਇੱਥੇ ਨਹਾ ਲੋ ਇਥੋਂ ਪਤਾ ਲੱਗਦਾ ਹੈ ਵੀ ਇਨਸਾਨ ਦੇ ਬੋਲਾਂ ਦੇ ਵਿੱਚ ਕਨਟਰਡਿਕਸ਼ਨ ਹੈ ਆਪਣੇ ਬੋਲ ਹੀ ਪੂਰੇ ਨਹੀਂ ਹੈਗੇ ਆਪਾ ਵਿਰੋਧੀ ਉਹਦੇ ਬੋਲਾਂ ਦੇ ਵਿੱਚ ਹੈ ਤੇ ਕਵੀ ਜੀ ਕਹਿੰਦੇ 헤ਰੀ ਪਿੰਡ ਸਾਰੇ ਉਸ ਗਰੁੱਪ ਨੇ ਪ੍ਰਿਥੀ ਚੰਦ ਤੇ ਉਹਦੇ ਸੇਵਕਾਂ ਨੇ ਨੌਕਰਾਂ ਨੇ ਉਤਾਰਾ ਕੀਤਾ ਹੈ ਨਿਸਾ ਪਰੀ ਸੁਪਤੇ ਪੁਨਹੇ ਉਠ ਪ੍ਰਾਤਨ ਹਾਏ ਹੁਣ ਨਿਸਾ ਪਰੀ ਸੁਪਤੇ ਪੁਨਹੇ ਉਠ ਪ੍ਰਾਤਨ ਹਾਏ ਰਾਤ ਪੈ ਗਈ ਹੈ ਸਵੇਰੇ ਉੱਠ ਕੇ ਇਹਨਾਂ ਨੇ ਨਹਾਣਾ ਕੀਤਾ ਹੈ ਕਰਹੁ ਕਰਾਇ ਬਤਾਏ ਕੈ ਹਰਖਤ ਹੇ ਖਾਏ ਤੇ ਇਹ ਖੁਸ਼ ਹੁੰਦੇ ਨੇ ਪ੍ਰਸ਼ਾਦਾ ਪਾਣੀ ਛਕਿਆ ਹੈ ਤੇ ਇਹਨਾਂ ਦਾ ਹਿਰਦਾ ਜਿਹੜਾ ਹੈ ਬੜਾ ਖੁਸ਼ ਏ ਵੀ ਹੁਣ ਆਪਾਂ ਲਾਹੌਰ ਦੇ ਕੋਲ ਪਹੁੰਚ ਚੁੱਕੇ ਹਾਂ ਤੀਨ ਦਿਨ ਬੀਤੇ ਬਸਤ ਕਹ ਸੰਧਿਆ ਕਾਲਾ ਤੀਨ ਦਿਨ ਬੀਤੇ ਬਸਤ ਤਿੰਨ ਦਿਨ ਹੋ ਗਏ ਸਨ ਉਸ ਹੇਰੀ ਪਿੰਡ ਦੇ ਵਿੱਚ ਰਹਿੰਦੇ ਆ ਤੇ ਸੰਧਿਆ ਦਾ ਸਮਾਂ ਸੀ ਭਾਵ ਸ਼ਾਮ ਦਾ ਈਵਨਿੰਗ ਦਾ ਟਾਈਮ ਸੀ ਚਲਹਿ ਕਾਲ ਕੋ ਲਵਪੁਰੀ ਹੋਏ ਕਾਜ ਵਿਸਾਲਾ ਤੇ ਸੋਚਣ ਲੱਗੇ ਵੀ ਹੁਣ ਚਲਹਿ ਕਾਲ ਕੋ ਲਵਪੁਰੀ ਕੱਲ ਨੂੰ ਏਸੀ ਲਵਪੁਰੀ ਲਾਹੌਰ ਜਾਣਾ ਹੈ ਤਿੰਨ ਦਿਨ ਹੇਰੀ ਪਿੰਡ ਵਿੱਚ ਹੋ ਗਏ ਸਨ ਆਪਸ ਵਿੱਚ ਗੱਲਾਂ ਕਰਦੇ ਨੇ ਕੱਲ ਨੂੰ ਲਾਹੌਰ ਜਾਵਾਂਗੇ ਕੰਮ ਸਾਡਾ ਪੂਰਾ ਹੋ ਜਾਵੇਗਾ ਚੰਦੂ ਕਰਹਿ ਪ੍ਰਤੀਖਨਾ ਇੱਕ ਸਿੱਖ ਮਿਲ ਆਇਆ ਚੰਦੂ ਕਰਹਿ ਪ੍ਰਤੀਖਨਾ ਇੱਕ ਸਿੱਖ ਮਿਲ ਆਇਆ ਤੇ ਇੱਥੇ ਕਵੀ ਜੀ ਲਿਖਦੇ ਪਏ ਨੇ ਵੀ ਇੱਕ ਜਿਹੜਾ ਸਿੱਖ ਹੈ ਚੰਦੂ ਦਾ ਮੇਰਾ ਇੱਕ ਮੇਰਾ ਸਿੱਖ ਚੰਦੂ ਨੂੰ ਮਿਲ ਕੇ ਆਇਆ ਹੈ ਇਥੇ ਪ੍ਰਿਥੀ ਚੰਦ ਦਾ ਜਿਹੜਾ ਇੱਕ ਸਿੱਖ ਸੀ ਉਹਦਾ ਸੇਵਕ ਸੀ ਉਹ ਚੰਦ ਨੂੰ ਮਿਲ ਕੇ ਆਉਂਦਾ ਹੈ ਹਰ ਜਨ ਕੋ ਮਾਰਿਓ ਚਹੈ ਲੈ ਮੋਹ ਸਹਾਇਆ ਤੇ ਉਹ ਜਿਹੜਾ ਚੰਦੂ ਹੈ ਉਹ ਚੰਦੂ ਜਿਹੜਾ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੂੰ ਖਤਮ ਕਰਨਾ ਚਾਹੁੰਦਾ ਹੈ ਮਾਰਨਾ ਚਾਹੁੰਦਾ ਹੈ ਪ੍ਰਿਥੀ ਚੰਦ ਦੀ ਸਹਾਇਤਾ ਦੇ ਨਾਲ ਸਭ ਭਾਈ ਭੋਜਨ ਅਚਿਓ ਦਦ ਸਿੱਖ ਨੇ ਅੰਨ ਹੁਣ ਹੇਰੀ ਪਿੰਡ ਦੇ ਵਿੱਚ ਤਿੰਨ ਦਿਨ ਹੋ ਗਏ ਨੇ ਤੇ ਸੰਧਿਆ ਦਾ ਟਾਈਮ ਹੈ ਰਾਤ ਦਾ ਸਮਾਂ ਆਇਆ ਤੇ ਕੀ ਹੋਇਆ ਵੀ ਇਹਨੇ ਪ੍ਰਸ਼ਾਦਾ ਛਕਿਆ ਹੈ ਦਦ ਸਿੱਖ ਨੇ ਆਨਾ ਪ੍ਰਸ਼ਾਦਾ ਛਕਿਆ ਹੈ ਪ੍ਰਿਥੀ ਚੰਦ ਨੇ ਤੇ ਮੁੜ ਕੇ ਦੁੱਧ ਪੀਤਾ ਹੈ ਸੁਖਮ ਚਾ ਵਰ ਸਾਗ ਸੋ ਕੀਨਸ ਬਹੁ ਖਾਨਾ ਤੇ ਕਵੀ ਜੀ ਕਹਿੰਦੇ ਵੀ ਰਾਤ ਦੇ ਸਮੇ ਸਾਗ ਦੇ ਨਾਲ ਚੋਲ ਸਨ ਉਹ ਸਵਾਦ ਬੜੇ ਸਨ ਸਵਾਦ ਸਵਾਦ ਵਿੱਚ ਪ੍ਰਿਥੀ ਚੰਦ ਨੇ ਸਾਗ ਦੇ ਨਾਲ ਚੋਲ ਖਾ ਲਏ ਨੇ ਹਨ ਸਵਾਦ ਸਾਥ ਅਚਬ ਹੋ ਗयो ਹੁਨ ਹਾਰ ਖੋ ਆਇਓ ਤੇ ਕਹਿਣ ਲੱਗੇ ਵੀ ਹੁਣ ਹਾਰਨੇ ਉੰਦੀ ਹਉਣੀ ਨੇ ਕੀ ਕੀਤਾ ਵੀ ਉਹਨੂੰ ਜ਼ਿਆਦਾ ਖਵਾ ਦਿੱਤਾ ਸਵਾਦ ਵਿੱਚ ਉਹ ਜ਼ਿਆਦਾ ਖਾ ਗਿਆ ਸਾਗ ਦੇ ਨਾਲ ਚੋਲ ਮੁੜ ਕੇ ਉਤੋਂ ਦੁੱਧ ਪੀ ਲੈਂਦਾ ਹੈ ਗਰ ਲੋ ਭਰ ਕੇ ਉਧਰ ਕੋ ਨਿਸਮਹਿ ਸੁਪਤਾਇਓ ਢਿੱਡ ਭਰ ਕੇ ਉਹਨੇ ਉਹ ਚੋਲ ਖਾਦੇ ਨੇ ਗਲੇ ਤੱਕ ਭਾਵ ਆ ਗਏ ਸਨ ਗਲੇ ਤੋਂ ਭਾਵ ਵੀ ਨੱਕੋ ਨੱਕ ਢਿੱਡ ਉਹਨੇ ਭਰ ਲਿਆ ਸੀ ਤੇ ਰਾਤ ਨੂੰ ਸੌਂ ਗਿਆ ਅਰਜਨ ਸਾਬਦ ਹਾਜਮਾ ਹੈ ਜਾ ਹੋਇਆ ਆਵਾ ਤੇ ਹੋਇਆ ਕਿ ਅੱਧੀ ਰਾਤ ਨੂੰ ਉਹ ਬਦ ਹਾਜ਼ਮ ਬਦ ਹਜ਼ਮੀ ਹੋ ਗਈ ਬਾਬ ਉਹ ਚੀਜ਼ ਅੰਦਰ ਪਛੀ ਨਹੀਂ ਤੇ ਉਹਨੂੰ ਹੈਜ਼ਾ ਹੋ ਗਿਆ ਹੈ ਸੂਲ ਉਠਿਓ ਜਨ ਸੂਲ ਚਬ ਦੁੱਖ ਤੇਬ ਕੁਲਾਵਾ ਤੇ ਢਿੱਡ ਦੇ ਵਿੱਚ ਸੂਲ ਚੁਬਨ ਲੱਗਾ ਢਿੱਡ ਦੇ ਵਿੱਚ ਪੀੜ ਹੋਣ ਲੱਗੀ ਹੈ ਬਹੁਤ ਬਿਲਕਦਾ ਪਿਆ ਹੈ ਹਾਏ ਹਾਏ ਮੁਖਕਰਤ ਹੈ ਜਾਗੇ ਨਰપાસੂ ਤੇ ਅੱਧੀ ਰਾਤ ਨੂੰ ਜਿਹੜਾ ਪ੍ਰਿਥੀ ਛੰਦ ਹਾਏ ਹਾਏ ਕਰਦਾ ਪਿਆ ਸ਼ਾਮ ਦੇ ਵੇਲੇ ਰਾਤ ਵੇਲੇ ਢਿੱਡ ਭਰ ਕੇ ਨਿਖਾਦਾ ਸਵਾਦ ਦੇ ਵਿੱਚ ਇਹਨਾਂ ਖਾ ਲਿਆ ਬੀ ਇਹਨੂੰ ਪਤਾ ਨਾ ਲੱਗਿਆ ਅੱਧੀ ਰਾਤ ਨੂੰ ਬਦਹਜਮੀ ਹੋ ਗਈ ਹੈ ਤੇ ਹਾਈ ਹਾਈ ਕਰਦਾ ਪਿਆ ਹੈ ਲੱਗ ਕਿ ਇਹਦੇ ਜਿਹੜੇ ਇਹਦੇ ਸੇਵਕ ਸਨ ਨੌਕਰ ਸਨ ਜਾਗੇ ਹਨ ਕਹਾਂ ਜਤਨ ਕੋ ਤਬ ਕਰਹਿ ਨਹਿ ਔਖਰ ਦਾਸੂ ਤੇ ਉਹ ਵੀ ਕੀ ਕਰਨ ਕਿਉਂਕਿ ਇਸ ਵਕਤ ਉਹਨਾਂ ਦੇ ਕੋਲ ਕੋਈ ਵੀ ਦਵਾਈ ਨਹੀਂ ਹੈ ਨਹਿ ਹਕੀਮ ਕੋ ਗ੍ਰਾਮ ਮਹਿ ਕਛੁ ਹੈ ਨਾ ਉਪਾਈ ਤੇ ਉਸ ਹੀਰੀ ਪਿੰਡ ਦੇ ਵਿੱਚ ਕੋਈ ਡਾਕਟਰ ਵੀ ਨਹੀਂ ਸੀ ਕੋਈ ਹਕੀਮ ਵੀ ਨਹੀਂ ਸੀ ਦੁੱਖ ਤੇ ਨਿਕਟ ਹੈ ਦੁੱਖਤ ਸਭ ਤਿਸ ਆਸ ਚੁਕਾਈ ਤੇ ਇਧਰ ਪ੍ਰਿਥੀ ਚੰਤੜ ਫੁਣ ਲੱਗਾ ਬਿਲਕੁਲ ਲੱਗਾ ਬਦਹਾਜਮੀ ਹੋ ਗਈ ਦਰਦ ਹੋ ਰਹੀ ਹੈ ਸੂਲ ਉੱਠਦੀ ਪਈ ਢਿਡੇ ਦੇ ਵਿੱਚ ਆਸੇ ਪਾਸੇ ਇਹਦੇ ਜਿਹੜੇ ਸੇਵਕ ਨੇ ਰਹੰਦੇ ਪਏ ਹਨ ਪ੍ਰਿਥੀਏ ਨੇ ਜਾਣ ਉਮਰਨ ਨਹਿ ਬਾਚਹਿ ਪ੍ਰਾਨ ਤੇ ਸੇਵਕਾਂ ਨੇ ਆਸ ਛੱਡ ਦਿੱਤੀ ਵੀ ਇਹ ਬਚੇਗਾ ਤੇ ਪ੍ਰਿਥੀ ਚੰਦਨੀ ਵੀ ਦੇਖ ਲਿਆ ਵੀ ਹੁਣ ਮੈਂ ਬਚਣਾ ਨਹੀਂ ਮੇਰੀ ਮੌਤ ਨੇੜੇ ਹੈ ਸਿੱਖ ਦਾਸ ਗਨ ਹਿਤ ਲਖ ਅਸਬਾਕ ਬਖਾਨਾ ਤੇ ਜਦੂ ਵਿਲਕਦਾ ਪਿਆ ਸੀ ਹਾਏ ਹੋ ਕੇ ਪਰਦਾਸੀ ਹਾਏ ਮਰ ਗਿਆ ਹਾਏ ਮਰ ਗਿਆ ਤੇ ਇਹਦੇ ਆਲੇ ਦੁਆਲੇ ਇਹਦੇ ਦਾਸ ਨੇ ਤੇ ਉਹਨਾਂ ਨੂੰ ਆਖਦਾ ਹੈ ਅਬ ਮੇਰੋ ਪਰਲੋਕ ਹੋਐ ਰਜ ਬਧਿਓ ਵਿਸਾਲਾ ਕਿਨ ਕਬ ਮੇਰੀ ਪਰਲੋਕ ਜਾਣ ਦਾ ਸਮਾ ਆ ਗਿਆ ਭਾਵ ਮੇਰੀ ਜੇੜੀ ਪੀੜ ਹੈ ਬਹੁਤ ਵੱਧ ਚੁੱਕੀ ਹੈ ਸਹਾਰੀ ਨਹੀਂ ਜਾ ਰਹੀ ਦਾਹ ਕਰੋ ਇਸ ਥਾਨ ਹੀ ਕਰ ਕ੍ਰਿਆ ਕਿਰਪਾਲਾ ਤੇ ਆਪਣੇ ਨੌਕਰਾਂ ਨੂੰ ਕਹਿ ਲੱਗਾ ਜੇ ਮੈਂ ਮਰ ਗਿਆ ਇਸੇ ਥਾਂ ਤੇ ਮੇਰਾ ਸੰਸਕਾਰ ਕਰ ਦਿਓ ਪਿੱਛੇ ਹੋਏ ਜੋ ਅੰਸ मम ਮਰ ਹੈ ਕਿਤ ਕੋਈ ਤੇ ਕਹਿ ਲੱਗਾ ਮੇਰੀ ਅੰਸ ਨੂੰ ਮੇਰੇ ਖਾਨਦਾਨ ਨੂੰ ਕਹਿ ਦਿਓ ਵੀ ਮੇਰੇ ਤੋਂ ਪਿੱਛੇ ਜਿਹੜਾ ਵੀ ਮਰੇਗਾ ਦਾਹ ਆਨ ਇਸ ਥਲ ਕਰਹਿ ਕਰ ਦੀਜੈ ਸੋਈ ਕਹਿ ਲੱਗਾ ਉਹਨਾਂ ਨੂੰ ਆਖਿਓ ਵੀ ਇੱਥੇ ਹੀ ਸੰਸਕਾਰ ਕਰਨਾ ਹੈ ਕੋ ਮਿਲੇ ਸੋ ਆਨ ਕਰ ਫਲ ਉੱਤਮ ਪਾਵੇ ਹੁਣ ਦੇਖੋ ਮਰਦਾ ਪਿਆ ਹੈ ਤੇ ਮਤ ਕਿਹੜੀ ਧੇਰੀ ਆ ਆਪਣੇ ਨੌਕਰਾਂ ਨੂੰ ਮੇਰੇ ਤੋਂ ਪਿੱਛੇ ਜਿਹੜਾ ਵੀ ਕੋਈ ਮੇਰਾ ਪਰਿਵਾਰ ਵਾਲਾ ਮਰੇਗਾ ਮੇਰੇ ਖਾਨਦਾਨ ਦੇ ਵਿੱਚੋਂ ਮਰੇਗਾ ਉਹਨਾਂ ਨੂੰ ਆਖਿਓ ਵੀ ਇੱਥੇ ਸੰਸਕਾਰ ਕਰਿਓ ਕਿਉਂ ਜੇ ਇੱਥੇ ਸੰਸਕਾਰ ਹੋਏਗਾ ਮੈਨੂੰ ਆਖਰ ਕਿ ਉਹ ਮਿਲ ਲੈਣਗੇ ਮਿਹਰਵਾਨ ਸੋ ਕਹੋ ਤum ਬਹੁਤ ਨਾਰੁਦ ਨਾ ਆਵੇ ਤੇ ਵਿਲਕਦਾ ਪਿਆਸੀ ਕਹਿਣ ਲਗਾ ਮੇਰੇ ਪੁੱਤਰ ਮਿਹਰਵਾਨ ਨੂੰ ਕਿਉਂ ਵੀ ਬੋਤਾ ਨਾ ਰੋਵੇ ਇਹ ਰੀਤ ਸਭ ਜਗਤ ਕੀ ਆਪ ਤਿਕ ਜਾਤੇ ਬੀ ਦੁਨੀਆ ਦੀ ਰੀਤ ਇੱਕ ਆਉਂਦਾ ਹੈ ਇੱਕ ਚਲਾ ਜਾਂਦਾ ਹੈ ਕਰੋ ਕਰਾ ਮੇਰੀ ਸਗਲ ਜਪ ਨਾਮ ਪਰਭਾਤੇ ਤੇ ਹੁਣ ਇੱਥੇ ਥੋੜੀ ਜੀ ਧਰਮ ਦੀ ਗੱਲ ਵੀ ਕਰ ਗਿਆ ਹੁਣ ਮੌਤ ਨਜ਼ਰ ਆ ਰਹੀ ਸੀ ਕੈਨ ਲਗਾ ਮੇਰਾ ਸੰਸਕਾਰ ਕਰ ਦਿਓ ਮੇਰਾ ਕਿਰਿਆ ਕਰਮ ਕਰ ਦਿਓ ਜਪ ਨਾਮ ਪ੍ਰਭਾਤੇ ਅੰਮ੍ਰਿਤ ਵੇਲੇ ਤੁਸੀਂ ਉਸ ਪਰਮੇਸ਼ਰ ਨੂੰ ਚੇਤਾ ਕਰਿਓ ਆਹ ਬੋਹ ਚੰਦੂ ਮਿਲ ਹੋ ਲਹਿ ਗੁਰਤਾ ਗਾਦੀ ਪਰ ਫਿਰ ਕੈਨ ਲਗਾ ਕੈਨ ਲਗਾ ਜਦੋਂ ਚੰਦੂ ਨੂੰ ਜਾ ਕੇ ਮਿਲੋਗੇ ਤੇ ਗੱਦੀ ਨਹੀਂ ਛਡਣੀ ਮੈਂ ਮਰ ਜਾਵਾਂ ਪਰ ਗੱਦੀ ਮੇਰੇ ਪੁੱਤਰ ਨੂੰ ਦਵਾ ਦਿਓ ਚੰਦੂ ਨੂੰ ਇਹ ਗੱਲ ਜ਼ਰੂਰ ਆਖਿਓ ਜਿਉਂ ਕੋ ਅਰਜਨ ਕੋ ਹਤ ਹੋਂ ਪੁਨ ਕੀ ਜਹਛਾ ਦੀ ਵੈਰ ਇਨਾਂ ਕੋ ਸੀ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਮਰਦਾ ਪਿਆ ਤੇ ਆਪਣੇ ਨੌਕਰਾਂ ਨੂੰ ਕਹਿਣ ਲੱਗਾ ਜਿੱਦਾਂ ਮਰਜੀ ਹੋ ਸਕੇ ਗੱਦੀ ਨਾ ਜਾਣ ਦਿਓ ਮੇਰਾ ਪੁੱਤਰ ਬੈਠੇਗਾ ਮੇਰੇ ਤੋਂ ਬਾਅਦ ਜਿਵੇਂ ਕਿਵੇਂ ਹੋ ਸਕੇ ਗੁਰੂ ਅਰਜਨ ਨੂੰ ਖਤਮ ਕਰ ਦੇਣਾ ਹੈ ਕੋ ਕਾਮਨਾ ਆਏ ਕਰ ਸਭ ਬਨਿਓ ਬਨਾਉ ਪੁਰੋ ਕਾਮਨਾ ਆਏ ਕਰ ਸਭ ਬਨਿਓ ਬਨਾਉ ਵੀ ਤੁਸੀਂ ਲਾਹੌਰ ਜਾਣਾ ਹੈ ਉੱਥੇ ਜਾ ਕਰਕੇ ਇਸ ਕਾਮਨਾ ਨੂੰ ਪੂਰਿਆ ਕਰਨਾ ਹੈ ਮਹਿਰ ਸੰਭਾਰੋ ਆਪਨੋ ਨਹਿ ਕਰ ਹੋ ਬਲਾਉ ਤੇ ਕਹਿ ਲਗਾ ਮੇਰੀ ਮੌਤ ਤੋਂ ਬਾਅਦ ਇਸ ਗੱਲ ਨੂੰ ਟਾਲਨਾ ਦਿਓ ਜਿਹੜਾ ਵੈਰ ਗੁਰੂ ਅਰਜਨ ਦੇਵ ਦੇ ਨਾਲ ਪਾ ਕੇ ਰੱਖਿਆ ਹੋਵੇ ਪੂਰਾ ਕਮਾਉਣਾ ਹੈ। ਕਿੰਕਰ ਧਰਨੀ ਪਰ ਪਰਿਓ ਬਿਆਕੁਲ ਵਢੋਵਾ। ਤੇ ਕਵੀ ਜੀ ਕਹਿੰਦੇ ਇਸ ਤਰੀਕੇ ਨਾਲ ਉਤਰਤੀ ਤੇ ਡਿਗ ਪਿਆ ਹੈ। ਤਰਤੀ ਤੇ ਲੇਟ ਗਿਆ ਹੈ, ਵਿਆਕੁਲ ਹੋ ਗਿਆ ਹੈ। ਬੋਲ ਬੰਦ ਮਿੱਤਰ ਚਿਨ ਭੈ ਸਭ ਸੰਗਿਨ ਜੋਵਾ। ਉਹਦਾ ਮੂੰਹ ਬੰਦ ਹੋ ਗਿਆ, ਜ਼ੁਬਾਨ ਬੰਦ ਹੋ ਗਈ ਹੈ। ਮੌਤ ਦੇ ਚਿੰਨੋਂ ਦੇ ਸਰੀਰ ਤੇ ਨਜ਼ਰ ਆਉਣ ਲੱਗੇ ਹਨ। ਰਹੇ ਬੁਲਾਵਤ ਦਾਸ ਗਨ ਨਿਕ ਸੇਤਨ ਪ੍ਰਾਨ। ਤੇ ਸੇਵਕਾਂ ਨੇ ਹਲਾਇਆ, ਬੁਲਾਇਆ ਪ੍ਰਿਥੀ ਚੰਦ ਉਹਨੂੰ ਹਲਾਇਆ। ਪਰ ਉਹਦੀ ਜ਼ੁਬਾਨ ਬੰਦ ਹੋ ਚੁੱਕੀ ਸੀ ਇਥੇ ਪ੍ਰਿਥੀ ਚੰਦ ਦੀ ਮੌਤ ਹੋ ਜਾਂਦੀ ਹੈ ਚਿਤਵਤ ਗੁਰੂ ਸੰਗ ਵੈਰ ਕੇ ਪਰਲੋਕ ਭਯਾਨਾ ਤੇ ਕਵੀ ਜੀ ਕਹਿੰਦੇ ਗੁਰੂ ਦੇ ਨਾਲ ਵੈਰ ਚਿਤਵਦਾ ਚਿਤਵਦਾ ਆਖਰੀ ਸਮੇਂ ਤੱਕ ਇਹਨੇ ਗੁਰੂ ਦੇ ਨਾਲ ਵੈਰ ਕਮਾਣਾ ਨਹੀਂ ਛੱਡਿਆ ਆਖਰੀ ਸਮੇਂ ਤੱਕ ਕਹਿੰਦਾ ਰਿਹਾ ਵੀ ਗੱਦੀ ਨਹੀਂ ਛੱਡਣੀ ਗੱਦੀ ਨਹੀਂ ਛੱਡਣੀ ਕਵੀ ਜੀ ਕਹਿੰਦੇ ਨੇ ਵੀ ਗੁਰੂ ਦੇ ਨਾਲ ਵੈਰ ਕਮਾਉਂਦਾ ਕਮਾਉਂਦਾ ਮਰ ਜਾਂਦਾ ਹੈ ਸਤ ਸਗਲ ਬੈਠੇ ਨਿਕਟ ਸੋ ਰਾਤ ਬਿਤਾਈ ਤੇ ਇਹਦੇ ਜਿਹੜੇ ਸੇਵਕ ਸਨ ਸਾਰੀ ਰਾਤ ਰੋਂਦੇ ਰਹੇ ਇਹਦੇ ਲਾਗੇ ਬੈਠੇ ਰਹੇ ਹਨ ਅਈ ਪ੍ਰਭਾਤ ਉਠਾਏ ਕ ਬੜ ਚਿਖਾ ਬਣਾਈ ਤੇ ਜਦੋਂ ਸਵੇਰ ਹੋਈ ਹੈ ਸਵੇਰ ਦੇ ਵੇਲੇ ਚਿਖਾ ਤਿਆਰ ਕੀਤੀ ਹੈ ਉੱਪਰ ਧਰ ਕਰ ਛਾਰ ਕਰ ਰੋਏ ਸਮੁਦਾਇ ਤੇ ਇਹਦਾ ਸਰੀਰ ਇਹਦੀ ਲੋਥ ਇਹਦੀ ਡੈੱਡ ਬੋਡੀ ਚਿਖਾ ਤੇ ਰੱਖ ਕੇ ਤੇ ਸੰਸਕਾਰ ਕਰਨ ਲੱਗੇ ਨੇ ਸੰਸਕਾਰ ਦੇ ਵੇਲੇ ਇਹਦੇ ਸੇਵਕ ਨੌਕਰ ਸਾਰੇ ਰੋਂਦੇ ਹਨ ਅਸਥਬੀਨ ਦਿਨ ਤਿੰਨ ਮੈਂ ਹਟ ਪਾਛ ਸਿਧਾਏ ਤੇ ਤਿੰਨ ਦਿਨਾਂ ਤੋਂ ਬਾਅਦ ਸੰਸਕਾਰ ਕੀਤਾ ਸੰਸਕਾਰ ਕਰਨ ਤੋਂ ਬਾਅਦ ਤਿੰਨ ਦਿਨਾਂ ਤੋਂ ਬਾਅਦ ਇਹਦੇ ਫੁੱਲ ਚੁਗੇ ਗਏ ਹਨ ਇੱਕ ਸਿੱਖ ਕੋਠੇ ਕੋ ਗयो ਪੂਰਬ ਸੁਧ ਦੇਵੇ ਤੇ ਇੱਕ ਸਿੱਖ ਨੂੰ ਪਹਿਲਾਂ ਭੇਜਿਆ ਗਿਆ ਇੱਕ ਜਿਹੜਾ ਇਹਦਾ ਸੇਵਕ ਸੀ ਉਹਨੂੰ ਭੇਜਿਆ ਗਿਆ ਵੀ ਜਾ ਕੋਠੇ ਪਿੰਡ ਵਿੱਚ ਜਾ ਕਰਕੇ ਖਬਰ ਦੇ ਦੇ ਬਿਪ੍ਰਤੀ ਚੰਦ ਮਰ ਗਿਆ ਹੈ ਸੁਨ ਮਰਨੋ ਸੁਤ ਪਹਾਰ ਜਾ ਵਡਕੂਕ ਕਰੇਵੈ ਤੇ ਜਦੋਂ ਮੌਤ ਦੀ ਖਬਰ ਸੁਣੀ ਕਰਮੋ ਨੇ ਉਹਦੀ ਘਰ ਵਾਲੀ ਨੇ ਉੱਚੀ ਉੱਚੀ ਕੂਕਣ ਲੱਗ ਪਈ ਉੱਚੀ ਉੱਚੀ ਕਰਮੋ ਰੋਣ ਲੱਗ ਪਈ ਹੈ ਹਾਏ ਹਾਏ ਕਰ ਰੁਦਤ ਹੈ ਨਹੀਂ ਸਦਿਓ ਸ੍ਰੀ ਕਾ ਹਾਏ ਹਾਏ ਕਰਕੇ ਰੋਂਦੀ ਪਈ ਹੈ ਕਰਮੋ ਵੈਣ ਪਾਂਦੀ ਪਈ ਹੈ ਵੀ ਮੇਰਾ ਜਿਹੜਾ ਪਤੀ ਸੀ ਸ਼ਰੀਕਾ ਨੂੰ ਸ਼ਰੀਕਾ ਨੂੰ ਸੋਧ ਨਾ ਸਕਿਆ ਖਤਮ ਨਾ ਕਰ ਸਕਿਆ ਆਪ ਹੀ ਮਰ ਗਿਆ ਇਹ ਪਤਪੂਰਬ ਹੀ ਮਰਿਓ ਇਹ ਕਿਉ ਨਾ ਨੀਕਾ ਤੇ ਇਹ ਪਤਪੂਰਬ ਹੀ ਮਰਿਓ ਵੈਣ ਪੰਦੀ ਪਈ ਹੈ ਕਰਮੋ ਕਹਿਣ ਲਗੀ ਪਹਿਲਾਂ ਹੀ ਕਿਉ ਮਰ ਗਿਆ ਉਹਨਾਂ ਨੂੰ ਮਾਰਨ ਵਾਸਤੇ ਗਿਆ ਸੈਂ ਇਹ ਕੰਮ ਵੀ ਤੂੰ ਨਹੀਂ ਕੀਤਾ ਪਹਿਲਾਂ ਹੀ ਮਰ ਗਿਆ ਹੈ ਮਿਹਰਬਾਨ ਸੁਤ ਕੀ ਖਬਰ ਕਬਲੇ ਹੈ ਆਈ ਤੇ ਰੋਂਦੀ ਪਈ ਕੁਰਲਾਂਦੀ ਪਈ ਪ੍ਰਿਥੀਚੰਦ ਨੂੰ ਕਹਿੰਦੀ ਵੀ ਆਪਣੇ ਆ ਕੇ ਪੁੱਤਰ ਦੀ ਇੱਕ ਵਾਰ ਖਬਰ ਤੇ ਲੈ ਲੈਂਦਾ ਉਹਦਾ ਮੁਖੜਾ ਹੀ ਵੇਖ ਲੈਂਦਾ ਮਦਨਮਰਤ ਹਮ ਨਹੀਂ ਪਿਖਿਓ ਬਿਦ ਕਹਾ ਬਿਨਾਈ ਤੇ ਕਰਮੋ ਕਹਿੰਦੀ ਅਸੀਂ ਤੇ ਤੇਰਾ ਮੂੰਹ ਵੀ ਨਹੀਂ ਦੇਖਿਆ ਪ੍ਰਿਥੀਚੰਦ ਮੇਰੇ ਸਿਰ ਦੇ ਸਾਈ ਮੇਰੇ ਪਤੀ ਮੌਤ ਵੇਲੇ ਮੈਂ ਤੇਰਾ ਚਿਹਰਾ ਵੀ ਨਾ ਦੇਖ ਸਕੀ ਰਹੀ ਹਟਾਏ ਨਹਟੋ ਯਤਬ ਅਪਸ਼ਗੁਣ ਵਿਸਾਲੇ ਤਿੱਕੈ ਲੱਗੀ ਮੈਂ ਰੋਕਿਆ ਸੀ ਪ੍ਰਿਥੀ ਚੰਨ ਤੈਨੂੰ ਵੀ ਨਾ ਜਾ ਲਾਹੌਰ ਨਾ ਜਾ ਆਪਾਂ ਇੱਥੇ ਠੀਕ ਆ ਕੰਮ ਧੰਦਾ ਚੱਲਦਾ ਪਿਆ ਨਾ ਜਾ ਪਰ ਤੂੰ ਮੇਰੀ ਗੱਲ ਨਾ ਮੰਨੀ। ਕਿੰਫਲ ਸੋ ਦੇਵੇ ਨਹੀਂ ਦੁੱਖ ਕੀਨ ਕਰਾਲੇ। ਪਰ ਹੋਣੀ ਦਾ ਇਹ ਫਲ ਸੀ ਉਹ ਤੈਨੂੰ ਫਲ ਮਿਲ ਗਿਆ ਹੈ। ਕਹਿ ਅਕਬਰ ਨੋ ਸ਼ੌਕ ਜਨ ਕੇ ਆਏ ਆਵਾਸਾ। ਤੇ ਕਵੀ ਜੀ ਲਿਖਦੇ ਨੇ ਵੀ ਮਨਉ ਸ਼ੌਕ ਨੇ ਆ ਕੇ ਘਰ ਕਰ ਲਿਆ ਭਾਵ ਦੁੱਖ ਨੇ ਆ ਕਰਕੇ ਉਹਨਾਂ ਦੇ ਘਰ ਦੇ ਵਿੱਚ ਡੇਰਾ ਜਮਾ ਲਿਆ। ਮਿਹਰਬਾਨ ਤੇ ਕਰਮੋ ਜਿਹੜੀ ਹੈ ਉਹਦਾ ਪਰਿਵਾਰ ਬਹੁਤ ਦੁਖੀ ਹੈ ਪ੍ਰਿਥੀ ਚੰਦ ਦੀ ਮੌਤ ਦੀ ਖਬਰ ਸੁਣ ਕੇ ਇਤਨੇ ਮੈਂ ਆਏ ਅਸਤ ਰੋਦਤ ਭਰ ਸਵਾਸਾ ਹੁਣ ਜਦੂ ਰੋਂਦੇ ਪਏ ਸਨ ਤੇ ਪਿੱਛੂ ਇੱਕ ਜਿਹੜਾ ਸੇਵਕ ਸੀ ਉਹ ਅਸਤਿਆਂ ਫੁੱਲ ਲੈ ਕਰਕੇ ਪਹੁੰਚ ਜਾਂਦਾ ਹੈ ਮਿਹਰਬਾਨ ਬਹੁ ਰੋਇਕੈ ਮ੍ਰਿਤਕ ਰਿਆ ਕਰਾਈ ਤੇ ਜਿਹੜਾ ਮਿਹਰਬਾਨ ਸੀ ਉਹਦਾ ਪੁੱਤਰ ਬਹੁਤ ਰੋਇਆ ਤੇ ਜੋ ਫੁੱਲਾਂ ਦੀ ਰਸਮ ਸੀ ਭਾਵ ਉਹ ਫੁੱਲ ਆਏ ਸਨ ਜੋ ਵੀ ਇਸ ਵਕਤ ਉਹਨਾਂ ਨੇ ਕਰਨਾ ਸੀ ਜਾਂ ਦਫ਼ਨ ਕਰਨੇ ਸਨ ਜਾਂ ਜਲ ਪ੍ਰਵਾਹ ਕਰਨੇ ਸਨ ਉਹ ਕਿਰਿਆ ਕੀਤੀ ਹੈ ਸ਼ਬਦ ਪੜਾਇਓ ਦਰਬ ਦੇ ਸੁਨ ਤੇ ਸਮੁਦਾਈ ਤੇ ਉਸ ਤੋਂ ਬਾਅਦ ਕਵੀ ਜੀ ਲਿਖਦੇ ਪਏ ਨੇ ਵੀ ਸ਼ਬਦ ਗਾਏ ਗਏ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਬਾਣੀ ਦੇ ਵਿੱਚੋ ਸ਼ਬਦ ਪੜੇ ਗਏ ਹਨ ਕਿਨ ਕੀ ਸੰਗਤ ਆਏ ਕਰ ਪੁਨ ਭਾਗ ਬੰਧਾਈ ਹੁਣ ਪ੍ਰਿਥੀਏ ਨੇ ਆਪਣੀ ਸੰਗਤ ਜੋੜੀ ਹੋਈ ਸੀ ਆਸੇ ਪਾਸੇ ਦੇ ਇਲਾਕੇ ਦੇ ਵਿੱਚ ਉਹ ਆਪਣੇ ਆਪ ਨੂੰ ਗੁਰੂ ਸਮਝਦਾ ਸੀ ਕੁਝ ਕੁ ਸੰਗਤ ਜੋੜੀ ਸੀ ਤੇ ਜਿਹੜੀ ਪ੍ਰਿਥੀ ਚੰਦੀ ਸੰਗਤ ਉਹ ਆਉਂਦੀ ਹੈ ਮਿਹਰਬਾਨ ਦੇ ਸਿਰ ਉੱਤੇ ਪੱਗ ਬਨ ਦਿੰਦੀ ਹੈ ਪੱਗ ਬਨਣਾ ਇੱਕ ਜ਼ਿੰਮੇਵਾਰੀ ਦਾ ਪ੍ਰਤੀਕ ਹੁੰਦਾ ਸੀ ਮਿਟਿਓ ਸ਼ੋਕ ਤਬਜਨ ਕਹਿਓ ਜੋ ਅਕਲ ਸਿਖਾਈ ਤੇ ਕਵੀ ਜੀ ਲਿਖਦੇ ਪਏ ਨੇ ਵੀ ਮਿੱਟੀਓ ਸ਼ੋਕ ਤਬ ਜਨ ਕਹਿਓ ਜੋ ਅਕਲ ਸਖਾਈ ਬੀ ਉਸ ਵਕਤ ਥੋੜਾ ਜ੍ਹਾ ਦੁੱਖ ਘਟ ਹੋਇਆ ਤੇ ਹੁਣ ਨੌਕਰਾਂ ਨੇ ਅਗਲੀ ਗੱਲ ਕਹੀ ਹੈ ਸ੍ਰੀ ਅਰਜਨ ਤੇ ਬੈਰ ਕਰ ਲਿਹੋ ਗੁਰਤਾ ਗਾਦੀ ਤੇ ਸੇਵਕ ਜਿਹੜੇ ਪ੍ਰਿਥੀ ਚੰਦ ਦੇ ਕਹਿਣ ਲੱਗੇ ਮਰਦੇ ਵੇਲੇ ਪ੍ਰਿਥੀ ਚੰਦ ਕਹਿ ਕੇ ਗਿਆ ਹੈ ਬਿਵੈਰ ਕਰਕੇ ਗੁਰੂ ਅਰਜੁਨ ਦੇਵ ਤੂੰ ਗੱਦੀ ਖੋਣੀ ਹੈ ਚੰਦੂ ਹਤ ਹੈ ਉਪਾਇਤੇ ਤਬ ਕੀ ਜਹੇ ਸ਼ਾਦੀ ਜਦੋਂ ਚੰਦੂ ਨੇ ਧੋਖੇ ਨਾਲ ਗੁਰੂ ਨੂੰ ਖਤਮ ਕਰ ਦਿੱਤਾ ਉਦੋਂ ਖੁਸ਼ੀ ਮਨਾਉਣੀ ਹੈ ਮਰਦ ਕਹਿਓ ਤੁਮ ਸੋ ਪਿਤਾ ਇਹ ਸੁਨਹੁ ਸੰਦੇਸਾ ਤੇ ਪ੍ਰਿਥੀ ਚੰਦ ਦੇ ਸੇਵਕ ਕਹਿਣ ਲਗੇ ਮਰਦਿਆਂ ਪ੍ਰਿਥੀ ਚੰਦ ਨੇ ਮਿਹਰਬਾਨ ਤੇਰੇ ਵਾਸਤੇ ਇਹ ਮੈਸੇਜ ਭੇਜਿਆ ਹੈ ਇਹ ਸੰਦੇਸ਼ਾ ਤੈਨੂੰ ਭੇਜਿਆ ਹੈ ਸੁਨੇਹ ਪੁੱਤਰ ਅਰਪਹਰ ਜਾ ਉਰ ਲਹਿਤ ਕਲੇਸ਼ਾ ਤੇ ਜਦੋਂ ਉਹਦੀ ਘਰ ਵਾਲੀ ਨੇ ਤੇ ਉਹਦੇ ਪੁੱਤਰ ਨੇ ਇਹ ਸੁਨਿਆ ਹੈ ਉਰ ਲਹਿਤ ਕਲੇਸ਼ਾ ਅੰਦਰ ਦਾ ਦੁੱਖ ਥੋੜਾ ਜਿਹਾ ਘਟਿਆ ਵੀ ਅਜੇ ਤੱਕ ਵੀ ਥੋੜੀ ਜੀ ਆਸ ਹੈ ਗੱਦੀ ਮਿਲ ਜਾਵੇਗੀ ਗੋਹਰਾ ਮਿਹਰਬਾਨ ਮਨਮਾਨ ਕੇ ਮੋਨ ਠਾਨ ਰਹਿ ਭੌਨ ਮਿਹਰਬਾਨੀ ਗੱਲ ਮੰਨ ਲਈ ਵੀ ਮੈਂ ਗੱਦੀ ਪ੍ਰਾਪਤ ਕਰਨੀ ਹੈ ਪਰ ਪਿਤਾ ਦੀ ਮੌਤ ਤੋਂ ਬਾਅਦ ਘਰ ਦੇ ਵਿੱਚ ਰਹਿੰਦਾ ਹੈ ਜ਼ੁਬਾਨ ਤੋਂ ਕੋਈ ਬੋਲ ਨਹੀਂ ਬੋਲਦਾ ਚੁੱਪ ਦੇ ਵਿੱਚ ਹੈ ਕਹ ਰਹਿ ਪ੍ਰਤੀਖਨ ਗੁਰੂ ਬਣ ਹੋਇ ਹੈ ਕਾਰਨ ਕਾਨ ਸੋਚਦਾ ਪਿਆ ਵੀ ਮੈਂ ਗੁਰੂ ਬਣਨਾ ਹੈ ਪਰ ਕਹਿ ਲੱਗਾ ਕਿਹੜੇ ਕਾਰਨਾ ਕਰਕੇ ਗੁਰੂ ਬਣਾਂਗਾ ਕੌਣ ਮੈਨੂੰ ਗੁਰੂ ਬਣਾਵੇਗਾ ਹੋਰਾ ਸੰਮਤ ਸੋ ਰਹਿ ਸਤ ਹੁਤ ਉਪਰ ਪੰਜ ਮਿਲਾਏ ਤੇ ਕਵੀ ਜੀ ਲਿਖਦੇ ਪਨੇ ਸੰਮਤ 1605 ਦੇ ਵਿੱਚ ਸਪਮਤ ਹੁੰਦੀ ਅਸੋਜ ਕੀ ਪ੍ਰਿਥੀ ਆਤਬ ਜਨਮਾਏ ਤੇ ਕਹਿਣ ਲੱਗੇ ਵੀ ਅਸੂ ਦੀ 7 ਤਰੀਕ ਸੀ ਜਦੋਂ ਪ੍ਰਿਥੀਏ ਦਾ ਜਨਮ ਹੋਇਆ ਭਾਵ 1548 ਈਸਵੀ ਦੇ ਵਿੱਚ ਅਸੂ ਦੀ 7 ਤਰੀਕ ਨੂੰ ਪ੍ਰਿਥੀ ਚੰਦ ਦਾ ਜਨਮ ਹੋਇਆ ਸੀ ਨਿਸਾਨੀ ਛੰਦ ਸੋ ਰਹਿ 73 ਬਿਖੈ ਮਾਦਵ ਕੋ ਮਾਸਾ ਤੇ 1663 ਈਸਵੀ ਦੇ ਵਿੱਚ ਭਾਵ ਕਿਮਾ ਕਰਨਾ 1663 ਬਿਕਰਮੀ ਸੰਮਤ ਵਿੱਚ ਤੇ ਈਸਵੀ ਜਿਹੜਾ ਸੰਮਤ ਬਣੇਗਾ 1606 1606 ਦੇ ਵਿੱਚ ਜਿਹੜਾ ਵਿਸਾਖ ਦਾ ਮਹੀਨਾ ਹੈ ਮ੍ਰਿਤਕ ਭੈਓ ਸੋ ਜਾਨੀਐ ਨਹਿ ਪੁਰਵੀ ਆਸਾ ਤੇ ਵਿਸਾਖ ਦੇ ਮਹੀਨੇ ਜਿਹੜਾ ਪ੍ਰਿਥੀ ਚੰਦ ਸੀ ਉਹ ਮਰਿਆ ਸੀ ਤੇ ਉਹਦੀ ਜਿਹੜੀ ਆਸਾ ਸੀ ਗੱਦੀ ਲੈਣ ਦੀ ਆਸ ਪੂਰੀ ਨਹੀਂ ਹੋਈ ਸੀ ਬੁਰਾ ਸੁਚਿਤ ਬਤ ਗੁਰੂ ਕੋ ਸਭ ਬੈਸ ਬਿਤਾਈ ਤੇ ਕਵੀ ਦੀ ਕਹਿੰਦੇ ਨੇ ਸਾਰੀ ਉਮਰ ਮੜਾ ਸੋਚਦਿਆਂ ਇਹਨੇ ਆਪਣੀ ਉਮਰ ਬਤੀਤ ਕਰ ਲਈ ਹੈ ਜਮ ਤਸਕਰ ਸਸ ਕੋ ਕਹ ਜਰ ਕਿਉ ਨਹੀਂ ਜਾਈ ਪ੍ਰਿਥੀ ਚੰਦ ਦੀ ਹਾਲਤ ਨੂੰ ਕਵੀ ਜੀ ਨੇ ਕੁਝ ਕੁ ਉਦਾਹਰਣਾਂ ਦੇ ਨਾਲ ਇਥੇ ਦਰਸਾਣਾ ਕੀਤਾ ਹੈ ਕਵੀ ਜੀ ਕਹਿੰਦੇ ਨੇ ਵੀ ਜਿਸ ਤਰ੍ਹਾਂ ਜਮ ਤਸਕਰ ਸਸ ਕੋ ਕਹ ਜਿਸ ਤਰ੍ਹਾਂ ਚੋਰ ਚੰਦਰਮਾ ਨੂੰ ਆਖੇ ਵੀ ਤੂੰ ਸੜ ਕਿਉ ਨਹੀਂ ਜਾਂਦਾ ਤੇ ਚੋਰ ਦੇ ਕਹਿਣ ਦੇ ਨਾਲ ਚੰ드ਰਮਾ ਕਦੇ ਸੜਦਾ ਨਹੀਂ ਇਸੇ ਤਰ੍ਹਾਂ ਸਾਰੀ ਉਮਰ ਪ੍ਰਿਥੀ ਚੰਦ ਗੁਰੂ ਨੂੰ ਮਾੜਾ ਕਹਿੰਦਾ ਰਿਹਾ ਗੁਰੂ ਦੀ ਨਿੰਦਿਆ ਕਰਦਾ ਰਿਹਾ ਪਰ ਗੁਰੂ ਦਾ ਵਾਲ ਵੀ ਵਿੰਗਾ ਨਾ ਕਰ ਸਕਿਆ ਜਿਮੋ ਲੋਕ ਕਹਿ ਸੂਰ ਕੋ ਕਿਮ ਉਦਿਆ ਨੀਤਾ ਜਿਸ ਤਰ੍ਹਾਂ ਉੱਲੂ ਸੂਰਜ ਨੂੰ ਕਹੇ ਵੀ ਤੂੰ ਕਿਦਾਂ ਰੋਜ਼ ਚੜ ਜਾਂਦਾ ਹੈ ਕਿਉਂ ਨਾ ਹਿਮਾਲੇ ਮਹਿਗਰ ਹੈ ਦੁਖ ਦੇਹ ਹਮ ਚੀਤਾ ਜੇ ਉੱਲੂ ਸੂਰਜ ਨੂੰ ਆਖੇ ਕਿਉਂ ਤੂੰ ਰੋਜ਼ ਛੱਡਦਾ ਹੈ ਹਿਮਾਲਿਆ ਦੇ ਵਿੱਚ ਹਿਮਾਲਿਆ ਪਹਾੜ ਵਿੱਚ ਜਾ ਕੇ ਗਰਕ ਹੋ ਜਾ ਤੇ ਉੱਲੂ ਦੇ ਕੈਨ ਦੇ ਨਾਲ ਸੂਰਜ ਕਦੇ ਗਰਕ ਨਹੀਂ ਹੁੰਦਾ ਇਸੇ ਤਰ੍ਹਾਂ ਪ੍ਰਿਥੀ ਚੰਦ ਸਾਰੀ ਉਮਰ ਗੁਰੂ ਨੂੰ ਮਾੜਾ ਕਹਿੰਦਾ ਰਿਹਾ ਪਰ ਗੁਰੂ ਸਹਿ ਮਾੜੀ ਨਾ ਹੋਏ ਭਾਵ ਗੁਰੂ ਦਾ ਵਾਲ ਵਿੰਗਾ ਨਾ ਕਰ ਸਕਿਆ ਜਥਾ ਜਵਾ ਸੋ ਭਾਵ ਸੈ ਦੇ ਦੋਸ਼ ਬਡੇਰੇ ਜਿਸ ਤਰ੍ਹਾਂ ਜਵਾ ਦੀ ਜਿਹੜੀ ਫਸਲ ਹੁੰਦੀ ਹੈ ਉਬਰਖਾ ਨੂੰ ਦੋਸ਼ ਦੇਣਾ ਕਰੇ ਬਿਨਾਂ ਚਾਹਿਆ ਕਿਉਂ ਬਰਸ ਤੋ ਹਮ ਹਰਤ ਕਨੇਰੇ ਜਿਹੜੀ ਜਵਾ ਦੀ ਫਸਲ ਹੈ ਜੇ ਉਹਦੇ ਤੇ ਮੀਂਹ ਪੈ ਜਾਵੇ ਉਹ ਖਰਾਬ ਹੋ ਜਾਂਦੀ ਹੈ ਤੇ ਜਵਾ ਦੀ ਫਸਲ ਬਦਲਾ ਨੂੰ ਮੀਨ ਉਲਾਮੇ ਦਵੇ ਵੀ ਕਿਉਂ ਤੁਸੀਂ ਪੈਂਦੇ ਹੋ ਅਸੀਂ ਤੁਹਾਡੇ ਤੋਂ ਬਿਨਾ ਠੀਕ ਆ ਪਰ ਉਹਨਾਂ ਦੇ ਕਹਿਣ ਦੇ ਨਾਲ ਮੀ ਰੁਕ ਨਹੀਂ ਜਾਂਦਾ ਮੀ ਵਰਦਾ ਹੈ ਪ੍ਰਿਥੀ ਚੰਦ ਨੇ ਗੁਰੂ ਦੀ ਸ਼ੋਭਾ ਨੂੰ ਰੋਕਣ ਵਿੱਚ ਬੜਾ ਜ਼ੋਰ ਲਾਇਆ ਪਰ ਗੁਰੂ ਦੀ ਵਡਿਆਈ ਹੁੰਦੀ ਰਹੀ ਬਾਟ ਪਾਰ ਜਿਮ ਪਾਤ ਕੀ ਨਿਜ ਘਾਤ ਤਕਾਵੇ ਤੇ ਜਿਸ ਤਰ੍ਹਾਂ ਜਿਹੜਾ ਪਾਪੀ ਧੜ ਵੀ ਹੈ ਉਹ ਤਾਂਕ ਦੇ ਵਿੱਚ ਬੈਠਾ ਹੁੰਦਾ ਹੈ ਵੀ ਕਦੋਂ ਕੋਈ ਆਏ ਤੇ ਮੈਂ ਉਹਨੂੰ ਲੁੱਟ ਲਵਾਂ। ਧਰਮਾ ਮਤ ਮਹਪਾਲ ਕੋ ਗਨ ਦੇਸ਼ ਬਤਾਵੇ। ਤੇ ਕਹਿਣ ਲੱਗੇ ਜਿਸ ਤਰ੍ਹਾਂ ਇੱਕ ਜਿਹੜਾ ਚੋਰ ਡਾਕੂ ਜਿਹੜਾ ਰਾਜਾ ਹੈ ਰਾਜੇ ਦੇ ਉੱਤੇ ਦੋਸ਼ ਲਾਏ। ਇਹ ਕਿੱਦਾਂ ਹੋ ਸਕਦਾ ਹੈ ਵੀ ਇੱਕ ਚੋਰ ਰਾਜੇ ਤੇ ਦੋਸ਼ ਲਾਏ ਉਹ ਬਚੇਗਾ ਨਹੀਂ। ਅੰਤ ਨੂੰ ਪਕੜਿਆ ਜਾਏਗਾ, ਬਦਨਾਮੀ ਹੋਏਗੀ, ਉਹਨੂੰ ਸਜ਼ਾ ਮਿਲੇਗੀ। ਇਸੇ ਹੀ ਤਰ੍ਹਾਂ ਪ੍ਰਿਥੀ ਚੰਦ ਨੇ ਗੁਰੂ ਉੱਤੇ ਬੜੇ ਦੋਸ਼ ਲਾਏ ਸਨ। ਪਰ ਉਹ ਸਫਲ ਨਾ ਹੋਇਆ ਜਾਰ ਜਥਾ ਕੁਟਵਾਰ ਕੋ ਨਿਤ ਚਹਤ ਬਿਨਾ ਆਸਾ ਜਿਸ ਤਰ੍ਹਾਂ ਕਹਿਣ ਲੱਗੇ ਵੀ ਜਿਹੜਾ ਯਾਰ ਹੈ ਵਿਸ਼ਈ ਬੰਦਾ ਮਾੜਾ ਬੰਦਾ ਜਿਹੜਾ ਕੋਤਵਾਲ ਹੁੰਦਾ ਹੈ ਜਿਹੜਾ ਪੁਲਿਸ ਦਾ ਇੰਸਪੈਕਟਰ ਆਪਾਂ ਕਹਿ ਸਕਦੇ ਹਾਂ ਕੋਤਵਾਲ ਹੁੰਦਾ ਉਹਨੂੰ ਮਾਰਨਾ ਚਾਹੀ ਵੀ ਬਖਮਰਾਲ ਕੋ ਪਦਚਿਤ ਹੈ ਕਿਮ ਪੁਰਭ ਹੈ ਆਸਾ ਤੇ ਕਹਿਣ ਲੱਗੇ ਵੀ ਉਹ ਮਾਰ ਨਹੀਂ ਸਕੇਗਾ ਸੋਚਣ ਦੇ ਨਾਲ ਨਹੀਂ ਮਾਰ ਸਕੇਗਾ ਪ੍ਰਤੀਚੰਦ ਨੇ ਬੜਾ ਸੋਚਿਆ ਵੀ ਮੈਂ ਮੇਰੇ ਸੋਚਣ ਵਾਲੀ ਗੁਰੂ ਮੁਖ ਜਾਏ ਪਰ ਸਤਗੁਰੂ ਖਤਮ ਨਾ ਹੋਏ। ਅਗਲੀ ਉਦਾਹਰਨ ਦਿੱਤੀ ਕਹਿਣ ਲੱਗੇ ਜਿਸ ਤਰ੍ਹਾਂ ਜਿਹੜਾ ਬਗਲਾ ਹੰਸ ਬਣਨ ਬਾਰੇ ਸੋਚੇ ਬਗਲਾ ਸੋਚੇ ਵੀ ਮੈਂ ਹੰਸ ਬਣ ਜਾਣਾ ਹੈ। ਰਿਮ ਬਿਰਹਨ ਕੋ ਜਾਂਦਨੀ ਦੀਰਗ ਦੁਖਦਾਈ। ਬਗਲਾ ਹੰਸ ਨਹੀਂ ਬਣ ਸਕਦਾ ਪ੍ਰਤੀਚੰਦ ਇਸੇ ਤਰ੍ਹਾਂ ਗੁਰੂ ਨਾ ਬਣ ਸਕਿਆ। ਕਹਿਣ ਲੱਗੇ ਅਗਲੀ ਉਦਾਹਰਨ ਜਿਸ ਤਰ੍ਹਾਂ ਜਿਹੜੀ ਔਰਤ ਵਿਛੋੜੇ ਦੇ ਵਿੱਚ ਉਹਨੂੰ ਸੂਰਜ ਦੀ ਜਿਹੜੀ ਚੰਦਰਮਾ ਦੀ ਜਿਹੜੀ ਚਾਂਦਨੀ ਹੈ ਉਹ ਚੰਗੀ ਨਹੀਂ ਲੱਗਦੀ তথা ਉਹਨਾਂ ਜੀ ਕੀਰਤੀ ਕਬਹੂ ਨਾ ਮਨ ਭਾਈ ਇਸੇ ਹੀ ਤਰ੍ਹਾਂ ਜਿਹੜਾ ਗੱਦੀ ਤੂੰ ਵਿਛੜਿਆ ਪ੍ਰਿਥੀ ਚੰਦ ਸੀ ਉਸ ਨੂੰ ਗੁਰੂ ਦੀ ਵਡਿਆਈ ਚੰਗੀ ਨਾ ਲੱਗੀ ਜੰਮ ਜੰਮੂ ਕ ਬਨਪਤ ਬਨਨ ਨਿਜ ਯਤਨ ਕਰਨਤਾ ਜਿਸ ਤਰ੍ਹਾਂ ਗਿੱਦੜ ਸ਼ੇਰ ਬਣਨ ਦਾ ਯਤਨ ਕਰੇ ਜੇ ਹਰ ਕੋ ਕਾਡਨ ਚਹੈ ਕਿਮ ਇੱਛ ਪੁਰਨਤਾ ਤੇ ਜੰਗਲ ਦੇ ਵਿੱਚ ਉਹ ਸ਼ੇਰ ਨੂੰ ਕੱਢਣਾ ਚਾਹੇ ਕੱਢ ਨਹੀਂ ਸਕਦਾ ਗਿੱਦੜ ਕਦੇ ਵੀ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦਾ ਕੱਢ ਨਹੀਂ ਸਕਦਾ ਇਸੇ ਤਰ੍ਹਾਂ ਪ੍ਰਿਥੀ ਚੰਦ ਨੇ ਸਾਰੀ ਉਮਰ ਲਾ ਦਿੱਤੀ ਸੀ ਗੁਰੂ ਨੂੰ ਕੱਢਣ ਲਈ ਗੱਦੀ ਤੋਹ ਲਾਣ ਲਈ ਪਰ ਉਹ ਸਫਲ ਨਾ ਹੋਇਆ ਗਦੀ ਸੀਤਾ ਲੈਣ ਕੋ ਰਾਵਣ ਸਮ ਹੋਵਾ ਮੰਨੋ ਗੱਦੀ ਨੂੰ ਲੈਣ ਵਾਸਤੇ ਉਹਨੇ ਬੜੇ ਯਤਨ ਕੀਤੇ ਨੇ ਗਦੀ ਸੀਤਾ ਲੈਣ ਕੋ ਰਾਵਣ ਸਮ ਹੋਵਾ ਇੱਥੇ ਉਦਾਹਰਣ ਦਿੱਤੀ ਹੈ ਬਈ ਜਿਸ ਤਰ੍ਹਾਂ ਰਾਵਣ ਸੀਤਾ ਨੂੰ ਲੈ ਗਿਆ ਸੀ ਪੱਕੀ ਰੱਖਣਾ ਚਾਹੁੰਦਾ ਸੀ ਪਰ ਰੱਖ ਨਾ ਸਕਿਆ ਇੱਕ ਕਵੀ ਜੀ ਨੇ ਉਦਾਹਰਣ ਦਿੱਤੀ ਇਸੇ ਤਰ੍ਹਾਂ ਪ੍ਰਥੀਚੰਦ ਗੱਦੀ ਨੂੰ ਰੱਖਣਾ ਚਾਹੁੰਦਾ ਸੀ ਪਰ ਉਹ ਗੱਦੀ ਤੇ ਬੈਠ ਨਾ ਸਕਿਆ ਅਭਿਲਾਖਤ ਹੀ ਪਚ ਗयो ਨਹੀਂ ਸੋ ਸੁਖ ਜੋਵਾ ਇੱਛਾ ਕਰਦਾ ਕਰਦਿਆ ਇੱਛਾ ਕਰਦਾ ਕਰਦਾ ਸੋਚਦਾ ਸੋਚਦਾ ਖਤਮ ਹੋ ਗਿਆ ਮਰਤਾਪਹਿ ਮਰ ਗयो ਤਿਮ ਪ੍ਰਥੀਆ ਹੈਰੇ ਮਰਤ ਆਪਹਿ ਮਰ ਗयो ਗੁਰੂ ਨੂੰ ਮਾਰਨ ਵਾਸਤੇ ਤੁਰਿਆ ਸੀ ਆਪ ਹੀ ਪ੍ਰਥੀਚੰਦ ਮਰ ਜਾਂਦਾ ਹੈ ਸਸਾ ਕਹੈ ਮੈਂ ਸ਼ੇਰ ਹਾਂ ਗਰਭਤ ਵਿੱਚ ਭਾਈ ਤੇ ਕਵੀ ਜੀ ਕਹਿੰਦੇ ਨੇ ਜਿਸ ਤਰ੍ਹਾਂ ਜਿਹੜਾ ਸਹਾ ਹੈ ਖਰਗੋਸ਼ ਹੈ ਆਪਣੇ ਭਰਾਵਾਂ ਦੇ ਵਿੱਚ ਖਰਗੋਸ਼ਾਂ ਵਿੱਚ ਬੈਠ ਕੇ ਆਖੇ ਵੀ ਮੈਂ ਸ਼ੇਰ ਹਾਂ ਜਦ ਆਵੇ ਗਜ ਸਮੁਖ ਤਿਸ ਤਬ ਕੌਣ ਹਟਾਈ ਪਰ ਜਦੋਂ ਉਹਦੇ ਸਾਹਮਣੇ ਸ਼ੇਰ ਆ ਜਾਵੇ ਤਬ ਕੌਣ ਹਟਾਈ ਪਰ ਉਹ ਫਿਰ ਦੌੜ ਜਾਏ ਜਿਹੜਾ ਖਰਗੋਸ਼ ਏ ਉਹ ਆਪਣੀ ਮੰਡਲੀ ਵਿੱਚ ਗਰੁੱਪ 'ਚ ਬੈਠ ਕੇ ਤੇ ਬੜਕ ਮਾਰੇ ਮੈਂ ਸ਼ੇਰ ਹਾਂ ਕਹਿਣ ਦੇ ਨਾਲ ਨਹੀਂ ਬਣ ਜਾਂਦਾ ਜਦੋਂ ਸ਼ੇਰ ਆਏਗਾ ਦੌੜ ਜਾਏਗਾ ਇਸੇ ਤਰ੍ਹਾਂ ਪ੍ਰਿਥੀ ਚੰਦ ਕਹਿੰਦਾ ਰਿਹਾ ਲੋਕਾਂ ਨੂੰ ਮੈਂ ਗੁਰੂ ਹਾਂ ਗੱਦੀ ਤੇ ਬਾਉ ਮੈਂ ਗੁਰੂ ਹਾਂ ਪਰ ਕਹਿਣ ਮਾਤਰ ਦੇ ਨਾਲ ਉਹ ਗੁਰੂ ਨਾ ਬਣ ਸਕਿਆ ਗੁਰੂ ਬਨਿਓ ਮੈਂ ਨਿਤ ਕਹੈ ਜਬ ਜਮ ਦੇ ਵੀਰਾ ਤੇ ਕਵੀ ਜੀ ਕਹਿੰਦੇ ਨੇ ਮੌਤ ਦਾ ਦਰਦ ਸਹਿ ਨਾ ਸਕਿਆ ਪ੍ਰਿਥੀ ਚੰਦ ਕਹਿੰਦਾ ਸੀ ਮੈਂ ਗੁਰੂ ਬਣਨਾ ਗੁਰੂ ਬਣਨਾ ਜਮਾ ਦਾ ਮੌਤ ਦਾ ਦੁੱਖ ਹੁੰਦੇ ਕੋਲ ਸਹਾਰਿਆ ਨਾ ਗਿਆ ਸਿੱਖਨ ਗਨ ਅਰ ਆਪ ਕੋ ਧਾਰਹਿ ਕੋ ਧੀਰਾ ਹਾਲਾਂਕਿ ਸਿੱਖਾਂ ਨੂੰ ਆਪਣੇ ਸੇਵਕਾਂ ਨੂੰ ਧੀਰਜ ਦਾ ਪਾਠ ਸਿਖਾਉਂਦਾ ਸੀ ਮਿਹਰਬਾਨ ਪ੍ਰਸਥਾਨ ਕੋ ਚਾਹੇ ਬਹੁ ਤੇਰਾ ਹੁਣ ਪ੍ਰਿਥੀ ਚੰਦ ਦੀ ਮੌਤ ਹੋ ਗਈ ਉਹਦੇ ਫੁੱਲ ਵੀ ਜਿਹੜੇ ਚੁਗੇ ਗਏ ਸਨ ਜੋ ਵੀ ਕਿਰਿਆ ਕਰਮ ਕਰਨਾ ਸੀ ਹੋ ਗਿਆ ਹੁਣ ਕੋਠੇ ਪੰਡ ਵਿੱਚ ਉਹਦੀ ਘਰ ਵਾਲੀ ਕਰਮੋ ਤੇ ਮਿਹਰਬਾਨ ਪੁੱਤਰ ਦੋਵੇਂ ਰਹਿੰਦੇ ਪਏ ਨੇ ਮਿਹਰਵਾਨ ਚਾਹੁੰਦਾ ਵੀ ਮੈਂ ਲਾਹੌਰ ਜਾਵਾਂ ਕਿਸੇ ਤਰੀਕੇ ਨਾਲ ਤੇ ਗੱਦੀ ਦੀ ਪ੍ਰਾਪਤ ਗੱਦੀ ਦੀ ਪ੍ਰਾਪਤੀ ਕਰ ਲਵਾਂ ਜਨਨੀ ਜਾਨ ਨਾ ਦੇਤ ਹੈ ਕਰਨੇ ਹੁ ਕਨੇਰਾ ਪਰ ਉਹਦੀ ਮਾਂ ਨਹੀਂ ਜਾਣ ਦਿੰਦੀ ਮਾਂ ਉਹਦੇ ਨਾਲ ਬਹੁਤ ਪਿਆਰ ਕਰਦੀ ਹੈ ਏ ਸਤ ਤੂੰ ਅਬ ਆਸਰਾ ਸਿੱਖ ਸੰਗਤ ਕੇਰਾ ਤੇ ਆਖਣਾ ਕੀਤਾ ਪੁੱਤਰ ਤੂੰ ਆਪਣੀ ਜਿਹੜੀ ਸੰਗਤ ਆਲੇ ਦਿਵਾਲੇ ਬਣੀ ਜਿੰਨੀ ਕੋ ਸੰਗਤ ਸਾਡੇ ਕੋਲ ਆਂਦੀ ਪਿਟਾਵਾਂ ਲੈ ਕੇ ਤੋ ਉਹਨਾਂ ਦਾ ਆਸਰਾ ਹੈ ਮੈਂ ਆਨੰਦ ਤੇ ਰਹਤ ਹਾਂ ਪਿਖ ਕਰ ਮੁਖ ਤੇਰਾ ਮੈਂ ਤੇ ਬੜੇ ਆਨੰਦ ਨਾਲ ਰਹਿੰਦੀ ਹਾਂ ਤੇਰਾ ਮੁਖੜਾ ਦੇਖਦੀ ਹਾਂ ਤੂੰ ਪਿਤਾ ਮਾ ਜਗ ਗੁਰੂ ਅਜਮਤ ਧਰ ਭਾਰੀ ਤੇਰਾ ਜਿਹੜਾ ਦਾਦਾ ਸੀ ਉਹ ਬਹੁਤ ਭਾਰੀ ਗੁਰੂ ਸੀ ਨਨਿਹਾਲ ਕਰ ਸੈਂ ਕਰੇ ਦੁਰਮਤ ਉਰਟਾਰੀ ਗੁਰੂ ਰਾਮਦਾਸ ਤੇਰਾ ਦਾਦਾ ਸੀ ਤੇ ਉਹਨੇ ਸੈਂਕੜੇ ਹਜ਼ਾਰਾਂ ਲੋਕਾਂ ਦਾ ਉਧਾਰ ਕੀਤਾ ਉਹਨਾਂ ਦੀ ਭੈੜੀ ਮਤ ਦੂਰ ਕੀਤੀ ਬਖਸ਼ਤ ਨਾਮ ਨਿਤ ਸਿੱਧ ਕੋ ਪਖ ਕਹਿ ਨਿ ਜਿ ਸੇਵਾ ਆਪਣੇ ਸੇਵਕਾਂ ਨੂੰ ਨੋ ਨਦੀਆਂ ਗੁਣਾਂ ਦੀ ਦਾਤ ਬਹੁਤ ਬਖਸ਼ਦਾ ਸੀ ਤੇਰਾ ਦਾਦਾ ਪੂਜਨੀਏ ਸਭ ਕੇ ਪਹਿ ਜਗ ਸ੍ਰੀ ਗੁਰੂ ਦੇਵਾ ਵੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਨਮਾਨ ਯੋਗ ਸਨ ਪੂਜਨੀਏ ਸਨ ਤੋਹੇ ਪਿਤਾ ਸੇਵੇ ਨਹੀਂ ਹੋਏ ਨ ਅਨਸਾਰੀ ਤੇ ਕਰਮੁ ਕਹਿ ਲਗੇ ਪੁੱਤਰ ਤੇਰੇ ਪਿਓ ਨੇ ਤੇਰੇ ਪਿਤਾ ਦੀ ਤੇਰੇ ਦਾਦੇ ਦੀ ਸੇਵਾ ਨਾ ਕੀਤੀ ਸੰਤਾ ਕੋ ਕਰ ਤੋ ਰਹੋ ਕਟ ਗਿਰਾ ਉਚਾਰੀ ਤੇਰਾ ਪਿਤਾ ਤੇਰੇ ਦਾਦੇ ਦੀ ਬਰਾਬਰੀ ਕਰਦਾ ਰਿਹਾ ਅਗੂ ਕੋੜੇ ਬਚਨ ਬੋਲਦਾ ਰਿਹਾ ਕਹਿਓ ਨਾ ਮਾਨਹਿ ਕੁਛ ਕਬਹਿ ਜਾਣਹਿ ਪਿਤ ਮੇਰਾ ਕਹਿਓ ਨਾ ਮਾਨਹਿ ਕੁਛ ਕਬਹਿ ਤੇਰੇ ਦਾਦੇ ਨੇ ਤੇਰੇ ਪਿਓ ਨੂੰ ਬੜਾ ਕੁਝ ਕਿਹਾ ਪਰ ਤੇਰੇ ਪਿਓ ਨੇ ਇੱਕ ਵੀ ਗੱਲ ਨਾ ਮੰਨੀ ਕਹਿੰਦਾ ਸੀ ਸਭ ਕੁਝ ਮੇਰਾ ਹੈ ਪਰ ਤੇਰੇ ਦਾਦੇ ਦਾ ਹੁਕਮ ਨਾ ਮੰਨਿਆ ਰਗੂ ਨ ਜਾਣਿਓ ਅਦਬ ਕਰ ਲਰਤੋ ਬਹੁ ਬੇਰਾ ਤੇ ਤੇਰੇ ਦਾਦੇ ਦਾ ਕਦੇ ਅਦਬ ਨਹੀਂ ਕੀਤਾ ਸੀ ਤੇਰੇ ਪਿਓ ਨੇ ਤੇਰਾ ਪਿਓ ਪ੍ਰਿਥੀ ਚੰਦ ਝਗੜਾ ਹੀ ਕਰਦਾ ਰਹਿਦਾ ਸੀ ਸੱਸ ਰਹੀ ਸਮਝਾਵਤੀ ਜੇ ਤਹ ਗੁਰ ਕਾਦੀ ਜਿਹੜੀ ਮੇਰੀ ਸੱਸ ਬੀਬੀ ਭਾਨੀ ਸੀ ਉਹਨੇ ਪ੍ਰਿਥੀ ਚੰਦ ਨੂੰ ਬੜਾ ਸਮਝਾਇਆ ਸੀ ਸੰਤਾ ਕਰੋ ਨਾ ਪਿਤਾ ਕੀ ਨਾ ਹੋਜੈ ਬਾਦੀ ਬੜਾ ਸਮਝਾਇਆ ਸੀ ਪਿਓ ਦੀ ਬਰਾਬਰੀ ਨਾ ਕਰ ਲੜਾਈ ਝਗੜਾ ਨਾ ਕਰ ਨਾਹ ਤਲਹਿ ਦਾਸ ਕੋ ਛੂਛੇ ਰਹਿ ਜਾਵੋ ਮੇਰੀ ਸੱਸ ਨੇ ਬੀਬੀ ਭਾਨੀ ਨੇ ਸਮਝਾਇਆ ਸੀ ਖਾਲੀ ਰਹਿ ਜੇਗਾ ਪਿਓ ਦੇ ਨਾਲ ਝਗੜਾ ਨਾ ਕਰ ਲੜਾਈ ਨਾ ਕਰ ਸੇਵਾ ਕੇ ਬਸੋਤ ਹੈ ਤੂੰ ਸੇਵਕ ਆਵੋ ਗੁਰੂ ਸੇਵਾ ਦੇ ਵਸ ਹੈ ਬਸ ਤੂੰ ਗੁਰੂ ਪਿਤਾ ਦੀ ਸੇਵਾ ਕਰ ਇਕ ਨਾ ਮੰਨੀ ਕਿਸੇ ਕੀਨ ਜਹਤ ਨਹੀਂ ਜਾਣ ਇਕ ਵੀ ਗੱਲ ਤੇਰੇ ਪਿਓ ਨੇ ਤੇਰੇ ਦਾਦੇ ਦੀ ਨਾ ਮੰਨੀ ਲਖ ਵਿਸਾਲ ਬੁੱਧ ਆਪਨੀ ੁਰਮੈ ਗਰਵਾਨ ਤੇਰਾ ਪਿਓ ਸਮਝਦਾ ਸੀ ਮੇਰੇ ਕੋਲ ਬੁੱਧ ਬੜੀ ਹੈ ਆਪਣੇ ਹਿਰਦੇ ਵਿੱਚ ਬਹੁਤ ਹੰਕਾਰੀ ਸੀ ਅਰਜਨ ਆਏ ਸਮਾਨ ਕਰ ਲਵ ਪੁਰੀ ਸਿਦਾਵਾ ਤੇ ਤੇਰਾ ਜਿਹੜਾ ਚਾਚਾ ਸੀ ਗੁਰੂ ਅਰਜਨ ਦੇਵ ਉਨੇ ਗੁਰੂ ਤੇਰੇ ਦਾਦੇ ਦਾ ਹੁਕਮ ਮੰਨਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਹੁਕਮ ਮੰਨਿਆ ਲਾਹੌਰ ਗਿਆ ਜਿੱਥੇ ਵੀ ਤੇਰੇ ਦਾਦੇ ਨੇ ਤੇਰੇ ਚਾਚੇ ਨੂੰ ਭੇਜਿਆ ਉੱਥੇ ਗਿਆ ਤੇ ਤੇਰਾ ਚਾਚਾ ਗੱਦੀ ਲੈ ਗਿਆ ਇਸਹੀ ਤੇ ਸੁਪਸੰਨ ਹੋਏ ਤਿਨ ਕੇ ਮਨ ਭਾਵਾ ਲਾਹੌਰ ਜਾਣ ਦੀ ਘਟਨਾ ਤੂੰ ਤੇਰਾ ਦਾਦਾ ਤੇਰੇ ਚਾਚੇ ਤੇ ਬਹੁਤ ਖੁਸ਼ ਹੋਇਆ ਸੀ ਇਹੀ ਗੱਲ ਤੇਰੇ ਦਾਦੇ ਨੂੰ ਚੰਗੀ ਲੱਗ ਗਈ ਸੀ ਗੁਰਤਾ ਗਾ ਦੀ ਪਰਥਰਿਓ ਅਜਮਤ ਕੋ ਬਾਇ ਤੇ ਉਹਦੇ ਵਿੱਚ ਕਲਾ ਸੀ ਉਹਦੇ ਵਿੱਚ ਗੁਣ ਸੀ ਤੇ ਉਹ ਗੱਦੀ ਤੇ ਬੈਠ ਗਿਆ ਦੇਖ ਨਿਕਟ ਤੇਰੇ ਹੱਥੋਂ ਸੁਲਹੀ ਤਸ ਜਾਏ ਤੇਰੇ ਚਾਚੇ ਦੇ ਵਿੱਚ ਕਲਾ ਹੈ ਤੇਰੇ ਚਾਚੇ ਲੋ ਸੁਲਹੀ ਖਾਨ ਮਾਰਨ ਗਿਆ ਪਰ ਆਵਿਆਂ ਦੇ ਵਿੱਚ ਹੀ ਤਸ ਗਿਆ ਸੁਲਬੀ ਗਮਨਿਓ ਪਕਰਨੇ ਮਗ ਬਿਖੈ ਸੰਘਾਰਾ ਤੇ ਸੁਲਹੀ ਖਾਨ ਤੂੰ ਮਗਰੇ ਉਹਦਾ ਜਿਹੜਾ ਭਤੀਜਾ ਸੁਲਬੀ ਖਾਨ ਸੀ ਉਹ ਵੀ ਮਾਰਨ ਗਿਆ ਪਰ ਉਹ ਰਾਹ ਦੇ ਵਿੱਚ ਹੀ ਮਾਰਿਆ ਗਿਆ ਉਹ ਪਿਤਾ ਅਸਗਤ ਭਈ ਕੁਛ ਚੱਲਿਓ ਨਾ ਚਾਰਾ ਤੇਰੇ ਪਿਤਾ ਦੇ ਕੋਲ ਕੋਈ ਚਾਰਾ ਨਾ ਚੱਲਿਆ ਉਹਨੇ ਯਤਨ ਤੇ ਬੜਾ ਕੀਤਾ ਪਰ ਕੁਝ ਵੀ ਨਾ ਹੋਇਆ ਹਰ ਆਪਣੇ ਗੁਜ਼ਾਰਾ ਨ ਬਹੁਤ ਸਿੱਖ ਸੇਵਕ ਆਵੇਂ ਸਾਡੇ ਘਰ ਸਿੱਖ ਸੇਵਕ ਆਉਂਦੇ ਨੇ ਸੰਗਤ ਆਉਂਦੀ ਹੈ ਸਾਡਾ ਗੁਜ਼ਾਰਾ ਇੱਥੇ ਚੱਲਦਾ ਪਿਆ ਕਰਮੋ ਪ੍ਰਿਥੀ ਚਾਂਦੀ ਘਰ ਵਾਲੀ ਮਿਹਰਬਾਨ ਨੂੰ ਸਮਝਾ ਰਹੀ ਹੈ ਬੈਠੇ ਕਰੋ ਆਨੰਦ ਕੋ ਸੁਖ ਲਿਓ ਮਨ ਭਾਵੇ ਤੇ ਆਖਦੀ ਹੈ ਪੁੱਤਰ ਇੱਥੇ ਆਨੰਦ ਨਾਲ ਰਹਿ ਕੋਈ ਲੜਾਈ ਝਗੜਾ ਨਹੀਂ ਕਰਨ ਕੋਈ ਲੜਾਈ ਝਗੜਾ ਨਹੀਂ ਲੈਣਾ ਆਪਾਂ ਆਰਾਮ ਦੇ ਨਾਲ ਇੱਥੇ ਰਹਿੰਦੇ ਹਾਂ ਕਰਾਮਾਤ ਕੋ ਜੂਰ ਤਹ ਨਰਕ ਤੇ ਸੰਘਾਰੇ ਤੇਰੇ ਛਾਛੇ ਦੇ ਵਿੱਚ ਕਰਾਮਾਤ ਹੈ ਕਲਾ ਹੈ ਉਹਨੇ ਕਈ ਮਨੁੱਖਾਂ ਨੂੰ ਸੰਘਾਰ ਦਿੱਤਾ ਹੈ ਹੁਣ ਦਰਦੀ ਪਈ ਹੈ ਵੀ ਤਿੰਨ ਬੰਦੇ ਤੇ ਮਾਰੇ ਗਏ ਨੇ ਸੁਲਹੀ ਖਾਨ ਸੁਲਬੀ ਖਾਨ ਪ੍ਰਿਥੀ ਚੰਦ ਤਿੰਨੋਂ ਮਾਰੇ ਗਏ ਜੋ ਗੁਰੂ ਅਰਜੁਨ ਦੇਵ ਨੂੰ ਮਾਰਨਾ ਚਾਹੁੰਦੇ ਸਨ ਤੇ ਸੋਚਦੀ ਹੈ ਵੀ ਤੇਰੇ ਚਾਚੇ ਵਿੱਚ ਕਲਾ ਹੈ ਆਪਾਂ ਉਹਦੇ ਨਾਲ ਕੋਈ ਪੰਗਾ ਨਹੀਂ ਲੈਣਾ ਨੈ ਗਮਨੋ ਕਰ ਬੈਰ ਕੋ ਜੀਵਨ ਚਿਤ ਧਾਰੇ ਜ਼ਿੰਦਗੀ ਬਾਰੇ ਸੋਚ ਆਪਾਂ ਵੈਰ ਨਹੀਂ ਕਮਾਉਣਾ ਜਿਨ ਮਾਰਿਓ ਨਿਜ ਪ੍ਰਾਤ ਕੋ ਲਖਸ਼ਤਰ ਸਮਾਨ ਜਿਨ ਮਾਰਿਓ ਨਿਜ ਪ੍ਰਾਤ ਕੋ ਲਖਸ਼ਤਰ ਸਮਾਨਾ ਕਹਾਂ ਪਤੀਜੇ ਸੋ ਕਰੈ ਉਰ ਪਿਆਰ ਮਹਾਨਾ ਹੁਣ ਕਰਮੋ ਦੋਸ਼ ਦੇਂਦੀ ਪਈ ਹੈ ਪ੍ਰਿਥੀ ਚੰਦੀ ਮੌਤ ਦਾ ਗੁਰੂ ਅਰਜਨ ਦੇਵ ਨੂੰ ਵੀ ਗੁਰੂ ਅਰਜਨ ਦੇਵ ਕਰਕੇ ਹੀ ਪ੍ਰਿਥੀ ਚੰਦੀ ਮੌਤ ਹੋਈ ਹੈ ਬਹੁ ਫਲ ਪਾਇਓ ਬੈਰਤੇ ਅਬ ਟਿਕੇ ਆਵਾਸਾ ਵੀ ਜਿਹੜਾ ਆਪਣੇ ਭਰਾ ਦੀ ਮੌਤ ਦਾ ਕਾਰਨ ਬਣਿਆ ਭਤੀਜੇ ਨੂੰ ਕਿਦਾਂ ਸੁਖ ਦੇ ਦੇਵੇਗਾ ਕਿਵੇਂ ਪਿਆਰ ਕਰੇਗਾ ਬਹੁ ਫਲ ਪਾਇਓ ਬੈਰਤੇ ਅਬ ਟਿਕੋ ਆਵਾਸਾ ਕਰਮੋ ਕਹਿੰਦੀ ਆਪਾਂ ਬੈਰ ਕਰਕੇ ਵੇਖ ਲਿਆ ساری ਉਮਰ ਬੈਰ ਕੀਤਾ ਗੁਰੂ ਅਰਜਨ ਦੇਵ ਦੇ ਨਾਲ ਕੋਈ ਫਾਲਾ ਨਾ ਮਿਲਿਆ ਉਲਟਾ ਨੁਕਸਾਨ ਹੋਇਆ ਮਿਹਰਬਾਨ ਲਾਹੌਰ ਜਾਣ ਦੀ ਲੋੜ ਨਹੀਂ RAM ਨਾਲ ਇੱਥੇ ਹੀ ਬੈਠ ਜਾ ਪ੍ਰਥਮੇ ਕਾਡੋ ਨਗਰ ਤੇ ਤੂੰ ਮਤ ਦੇ ਤਰਾਸਾ ਪਹਿਲਾਂ ਤੇ ਉਹਨੇ ਸਾਨੂੰ ਨਗਰ ਤੋਂ ਕੱਢ ਦਿੱਤਾ ਗੁਰੂ ਅਰਜਨ ਦੇਵ ਨੇ ਹਾਲਾਂਕਿ ਕੱਢਿਆ ਨਹੀਂ ਝੂਠਾ ਦੋਸ਼ ਲਾਂਦੀ ਪਈ ਹੈ ਪਹਿਲਾਂ ਕਹਿੰਦੀ ਨਗਰ ਤੂੰ ਕੱਢ ਦਿੱਤਾ ਫਿਰ ਸਾਨੂੰ ਡਰਾਵੇ ਦਿੱਤੇ ਹਨ ਇਤਿਆਦਿਕ ਮਾਤਾ ਕਹੋ ਨੀਕੇ ਸਮਝਾਵਾਂ ਤੇ ਇਸ ਤਰੀਕੇ ਨਾਲ ਬੜੇ ਅਛੇ ਢੰਗ ਦੇ ਨਾਲ ਡਰਾਵਾ ਦੇ ਕਰਕੇ ਮਿਹਰਬਾਨ ਨੂੰ ਉੰਦੀ ਮਾ ਕਰਮੋ ਸਮਝਾਉਂਦੀ ਹੈ ਮਿਹਰਬਾਨ ਡਰ ਭਇਓ ਤਬ ਹੈ ਘਰ ਬੈਠ ਰਹਾਵਾ ਤੇ ਮਿਹਰਬਾਨ ਡਰ ਗਿਆ ਉਹਨੇ ਛੱਡ ਦਿੱਤਾ ਖਿਆਲ ਉਹ ਕਹਿੰਦਾ ਮੈਂ ਘਰ ਹੀ ਬੈਠਾਂਗਾ ਨਹੀਂ ਜਾਣ ਕੀ ਮਤ ਕਰੀ ਕਿਸ ਹੀ ਸਥਾਨੇ ਤੇ ਕਹਿਣ ਲਗਾ ਵੀ ਮੈਂ ਕਿਤੇ ਨਹੀਂ ਜਾਣਾ ਹਿੰਮਤ ਹੀ ਨਹੀਂ ਕੀਤੀ ਇਸੇ ਥਾਂ ਤੇ ਕਹਿੰਦਾ ਮੈਂ ਰਹਿਣਾ ਹੈ ਰਹੋ ਗ੍ਰਾਮ ਕੋਠੇ ਵਿਖੈ ਤਿਨ ਕੇ ਸਿਖੁ ਮਾਨੇ ਹੁਣ ਜਿੰਨੇ ਕੋ ਸਿਖ ਆਉਂਦੇ ਸਨ ਉਹ ਮੰਨਦੇ ਸਨ ਹੁਣ ਕੋਠੇ ਪਿੰਡ ਦੇ ਵਿੱਚ ਹੀ ਮਿਹਰਬਾਨ ਤੇ ਉੰਦੀ ਮਾਂ ਹੈ ਉਤਪਾਪੀ ਚੰਦੂ ਸੁਨਿਓ ਪ੍ਰਥੀਏ ਤਨ ਛੋਰਾ ਹੁਣ ਲਾਹੌਰ ਦੇ ਵਿੱਚ ਖਬਰ ਪਹੁੰਚ ਗਈ ਚੰਦੂ ਨੂੰ ਵਿਪ੍ਰਿਥੀ ਚੰਦ ਨੇ ਸਰੀਰ ਛੱਡ ਦਿੱਤਾ ਭਾਵ ਉਹਦੀ ਮੌਤ ਹੋ ਗਈ ਹੈ ਪਰਿਉ ਕਹਾ ਪਰਲਬਨ ਜਨ ਪ੍ਰਾਪਤ ਦੁੱਖ ਕੇਹਰਾ ਬੜਾ ਦੁੱਖ ਹੋਇਆ ਮਨ ਨੂੰ ਜਿਸ ਤਰ੍ਹਾਂ ਕਿਸੇ ਨੇ ਜ਼ਖਮ ਦੇ ਉੱਤੇ ਲੂਣ ਛਿੜਕਿਆ ਹੋਵੇ ਜਿੰਨਾ ਦੁੱਖ ਹੁੰਦਾ ਉਸ ਤੋਂ ਕਈ ਸੋ ਗੁਣਾ ਵੱਧ ਕੇ ਚੰਦੂ ਨੂੰ ਪ੍ਰਿਥੀ ਚੰਦ ਦੀ ਮੌਤ ਦਾ ਦੁੱਖ ਹੋਇਆ ਰਿਣ ਪਾ ਕੇ ਪਰ ਲਗ ਗਈ ਜਨ ਔਚਕ ਚੋਟਾ ਕਿਨ ਲਗੇ ਜਿਸ ਤਰ੍ਹਾਂ ਕਿਸੇ ਦਾ ਜ਼ਖਮ ਪੱਕਿਆ ਹੋਏ ਰੇਸ਼ਾ ਭਰਿਆ ਹੋਏ ਤੇ ਝੋਟ ਲੱਗਦੇ ਤੇ ਉਹਨੂੰ ਬੜਾ ਦੁੱਖ ਲੱਗਦਾ ਉਸ ਤੋਂ ਕਈ ਸੋ ਗੁਣਾ ਵੱਧ ਕੇ ਜਿਹੜਾ ਦੁੱਖ ਹੈ ਉਹ ਚੰਦੂ ਨੂੰ ਪ੍ਰਥੀਏ ਦੀ ਮੌਤ ਦਾ ਲੱਗਾ ਹੈ ਬਾਣ ਲਗਿਓ ਜਨਕਾਨ ਮਹਿ ਬੀ ਦਿਓ ਮਨ ਖੋਟਾ ਤੇ ਕਵੀ ਜੀ ਲਿਖਦੇ ਨੇ ਵੀ ਕਿਸੇ ਨੇ ਜਦੋਂ ਆ ਕੇ ਦੱਸਿਆ ਵਿਪ੍ਰਥੀ ਚੰਦ ਮਰ ਗਿਆ ਮਨ ਨੂੰ ਕਿਸੇ ਨੇ ਕੰਨ ਵਿੱਚ ਤੀਰ ਮਾਰਿਆ ਹੋਏ ਸਿੱਧਾ ਜਿਨ੍ਹਾਂ ਦੁੱਖ ਉਸ ਵਕਤ ਹੁੰਦਾ ਹੈ ਉਸੇ ਉਸ ਤੋਂ ਕਈ ਗੁਣਾ ਵੱਧ ਕੇ ਦੁੱਖ ਹੋਇਆ ਪਰ ਉਸ ਪ੍ਰਥੀ ਚੰਦੀ ਮੌਤ ਨੇ ਉਹਦੇ ਮਨ ਨੂੰ ਵਿਨ ਕੇ ਰੱਖ ਦਿੱਤਾ ਹੈ ਪ੍ਰਥੀ ਚੰਦ ਚੰਦੂ ਦਾ ਜਿਹੜਾ ਮਨ ਸੀਵ ਨੇ ਆ ਗਿਆ ਬਾਦੀ ਹਉ ਤੋ ਸਮਾਨ ਕੋ ਸੋ ਭੀ ਪ੍ਰਭਾਨ ਤੇ ਕਹਿਣ ਲਗਾ ਬਾਦੀ ਹਉ ਤੋ ਸਮਾਨ ਕੋ ਸੋ ਭੀ ਪ੍ਰਭਾਨਾ ਰੱਬ ਨੇ ਇਕ ਜਿਹੜਾ ਪ੍ਰਿਥੀ ਚੰਦ ਮੇਰਾ ਬੱਤੀਆ ਸੀ ਸਹਾਰਾ ਬੱਤੀਆ ਸੀ ਉਹ ਵੀ ਖਤਮ ਕਰ ਦਿੱਤਾ ਯਤਨ નિਫਲ ਸਭ ਹੇਤ ਹੈ ਜੇ ਰਚੇ ਮਹਾਨ ਤੇ ਚੰਦੂ ਸੋਚਣ ਲੱਗਾ ਜਿੰਨੇ ਮੈਂ ਯਤਨ ਕੀਤੇ ਨੇ ਸਾਰੇ નિਫਲ ਗਏ ਨੇ ਸਾਰੇ ਹੀ ਵਿਅਰਥ ਗਏ ਹਨ ਸੁਲਹੀ ਸੁਲਬੀ ਪ੍ਰਿਥੀਆ ਤੀਨੋਂ ਮ੍ਰਿਤ ਹੋਏ ਕਹਿਣ ਲਗਾ ਸੁਲਹੀ ਖਾਨ ਮਰ ਗਿਆ ਸੁਲਬੀ ਇੱਕ ਵੀ ਮਰ ਗਿਆ ਤੇ ਚੰਦੂ ਵੀ ਮਰ ਗਿਆ ਅਬ ਉਪਾਏ ਮੈਂ ਕਿਆ ਕਰਾਂ ਮਤ ਆਏ ਨਾ ਕੋਈ ਚੰਦੂ ਸੋਚਦਾ ਮੈਂ ਕੀ ਕਰਾਂ ਮੇਰੇ ਮਨ ਵਿੱਚ ਕੋਈ ਤਰੀਕਾ ਨਹੀਂ ਆ ਰਿਹਾ ਮਹਿਮਾ ਮਾਨ ਨ ਪਰਹ ਪਗ ਜਹ ਬੜੇ ਕੋ ਭਾਗਾ ਤੇ ਹੁਣ ਇਹ ਚੰਦੂ ਗੁਰੂ ਸਾਹਿਬ ਦੀ ਮਹਿਮਾ ਨੂੰ ਨਹੀਂ ਸਮਝਦਾ ਪਿਆ ਆਪਾਗਾ ਹੈ ਗੁਰੂ ਦੇ ਚਰਨੀ ਨਹੀਂ ਡਿਗ ਰਿਆ ਪਾਦਸ਼ਾਹ ਕੇ ਪਾਸ ਮਹਿਚਾਰੀ ਅਨੁਰਾਗ ਹੁਣ ਚੁਗਲ ਖੋਰ ਬਣ ਚੁਕਾ ਸੀ ਚਾਹੁੰਦਾ ਕੋਈ ਹੋਰ ਚੁਗਲੀ ਕਰਾਂ ਕਿਸੇ ਤਰੀਕੇ ਨਾਲ ਗੁਰੂ ਅਰਜੁਨ ਦੇਵ ਨੂੰ ਬਾਦਸ਼ਾਹ ਦੇ ਕੋਲ ਪਕੜਾ ਦਵਾਂ ਮਹਿ ਭੋਜਨ ਬਹੁ ਅਚਿਤ ਹੈ ਸੋਚਿਤ ਚਿਤ ਮਾਹੀ ਹੁਣ ਰੋਟੀ ਨਹੀਂ ਖਾਂਦਾ ਸੋਚਦਾ ਹੀ ਰੇਂਦਾ ਹੈ ਮੀ ਸਾਹਿਬ ਖੈ ਨਹੀਂ ਨੀਂਦ ਸੁਖ ਸ਼ਾਂਤੀ ਰਸਦਾ ਹੀ ਸ਼ਾਂਤੀ ਦੇ ਵਿੱਚ ਈਰਖਾ ਦੀ ਅਗ ਬਲਦੀ ਹੈ ਤੇਰ ਰਾਤ ਨੂੰ ਅੱਖਾਂ ਦੇ ਵਿੱਚ ਚੰਦੂ ਦੇ ਨੀਂਦ ਨਹੀਂ ਪੈਂਦੀ ਨਿਕਟਣਾ ਬੋਲਣ ਦੇ ਤਹ ਚਿਰਕੈ ਬਹੁਦਾਸਾ ਤੇ ਜੇ ਲੱਗੇ ਸ਼ਾਕੇ 10 ਗੱਲਾਂ ਕਰਦੇ ਨੇ ਗੱਲ ਕਰਨ ਨਹੀਂ ਦਿੰਦਾ ਉਹਨਾਂ ਨੂੰ ਛਿੜਕ ਦਿੰਦਾ ਹੈ ਮੈਂ ਸੁਖਾ ਕਿਸ ਕੋ ਕਹਿਓ ਰਹਿ ਮੌਨ ਆਵਾਸਾ ਘਰ ਦੇ ਵਿੱਚ ਚੁੱਪ ਰਹਿੰਦਾ ਹੈ ਕਿਸੇ ਦਾ ਬੋਲਣਾ ਚੰਦੂ ਨੂੰ ਚੰਗਾ ਨਹੀਂ ਲੱਗਦਾ ਚਿਤਵਤ ਚਿੰਤਾ ਚਿਤ ਵਿਖਾਇ ਬਹੁਤ ਯਤਨ ਬਣਾਵੇ ਹੁਣ ਹਿਰਦੇ ਵਿੱਚ ਸੋਚਦਾ ਹੈ ਵੀ ਕੀ ਕਰਾਂ ਚਿੰਤਾ ਵੀ ਬਹੁਤ ਏ ਤੇ ਸੋਚਦਾ ਵੀ ਬਹੁਤ ਹੈ ਇੱਕ ਗਿਣਤੀ ਉਰ ਚੜਤ ਹੈ ਇੱਕ ਕਰ ਉਤਰਾਵੇ ਇੱਕ ਵਿਚਾਰ ਆਂਦਾ ਹੈ ਇੱਕ ਵਿਚਾਰ ਚਲਾ ਜਾਂਦਾ ਹੈ ਸਾਵ ਸੁਨੈ ਸਭ ਬਾਤ ਕੋ ਨਿਸ਼ਚੈ ਨਕਰੰਤਾ ਚੰਦੂ ਕਹਿੰਦਾ ਬਾਰਸ਼ਾ ਮੇਰੀ ਗੱਲ ਤੇ ਸੁਣ ਲੈਂਦਾ ਹੈ ਪਰ ਮੇਰੀ ਗੱਲ ਤੇ ਯਕੀਨ ਨਹੀਂ ਕਰਦਾ ਹਿਦੇ ਅਦਾਇਵ ਰਾਖ ਕਰ ਸੰਸੈ ਉਪਜਨਤਾ ਹਿਦੇ ਅਦਾਇਵ ਰਾਖ ਕਰ ਸੰਸੈ ਉਪਜਨਤਾ ਮੇਰਾ ਅਦਬ ਵੀ ਰੱਖ ਲੈਂਦਾ ਪਰ ਸ਼ੱਕ ਵੀ ਕਰਦਾ ਹੈ ਹੁਕਮ ਨਹੀਂ ਕੁਛ ਦਿੱਤ ਹੈ ਗਹਿ ਲਿਓ ਕਿ ਹਕਾਰਾ ਬੀ ਬਾਦਸ਼ਾਹ ਜਹਾਂਗੀਰ ਗੁਰੂ ਨੂੰ ਪਕੜਨ ਦਾ ਕੋਈ ਹੁਕਮ ਨਹੀਂ ਦਿੰਦਾ ਕਈ ਬੈਰ ਕੀਨੇ ਯਤਨ ਇਤ ਉਤ ਹੋਇ ਟਾਰੋ ਕਈ ਵਾਰੀ ਮੈਂ ਯਤਨ ਕੀਤਾ ਬਾਦਸ਼ਾਹ ਦੇ ਕੋਲ ਪਰ ਉਹ ਸਾਰੇ ਯਤਨ ਟਲ ਜਾਂਦੇ ਹਨ ਇਤਿਆਦਿਕ ਪਪਾਤਮਾ ਗਿਣਤੀ ਉਰ ਲਿਆਵੈ ਸੰਧੂ ਜਿਹੜੀ ਪਾਪ ਆਤਮਾ ਹੈ ਉਹ ਗਿਣਤੀ ਗਿੰਦਾ ਭਾਵ ਸੋਚਦਾ ਹੈ ਕਿਸ ਤਰੀਕੇ ਦੇ ਨਾਲ ਮੈਂ ਗੁਰੂ ਅਰਜਨ ਦੇਵ ਨੂੰ ਪਕੜਾ ਸਕਾਂ ਸਵਾਸ ਉਸਾਰ ਬਿਸੂਰ ਤੋ ਕਬ ਹੂ ਨਾ ਬਿਸਰਾਵੈ ਤੇ ਠੰਡੇ ਹੋ ਕੇ ਪਰਦਾ ਹੈ ਠੰਡੇ ਹੋ ਕੇ ਪਰਦਾ ਪਰ ਆਪਣੀ ਸੁਰਤ ਵਿੱਚ ਗੁਰੂ ਅਰਜਨ ਦੇਵ ਨੂੰ ਵਿਸਾਰਦਾ ਨਹੀਂ ਕਿ ਮੈਂ ਇਸੇ ਤਰੀਕੇ ਨਾਲ ਗੁਰੂ ਅਰਜਨ ਦੇਵ ਨੂੰ ਸਜਾ ਦਿਵਾਉਣੀ ਹੈ ਹਰ ਸਰ ਸੰਸਰ ਕਰ ਕਉਰ ਗੱਡ ਲਿਓ ਸੁਗੱਡ ਹੁਣ ਵੈਰ ਦੇ ਜਿਹੜੇ ਤੀਰ ਤਿੱਖੇ ਤੀਰ ਨੇ ਹਿਰਦੇ ਵਿੱਚ ਗੱਡੇ ਹੋਏ ਹਨ ਸਲਤਾ ਮਹਿ ਬਹਿਤ ਦੁੱਖ ਜਲ ਬਹੁ ਬਾਢੋ ਤੇ ਕਵੀ ਜੀ ਕਹਿੰਦੇ ਨੇ ਚਿੰਤਾ ਦੀ ਨਦੀ ਦੇ ਵਿੱਚ ਵਹਿੰਦਾ ਜਾ ਰਿਹਾ ਹੈ ਇੱਕ ਦਿਨ ਗਮਨਉ ਸ਼ਾਹ ਟੇਗ ਬਹੁ ਬਾਤ ਸੁਣਾਈ ਤੇ ਇੱਕ ਦਿਨ ਕੀ ਹੋਇਆ ਬਾਦਸ਼ਾਹ ਜਹਾਂਗੀਰ ਦੀ ਸਭਾ ਲੱਗੀ ਹੈ ਤੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਚੰਦੂ ਚਲਾ ਜਾਂਦਾ ਹੈ ਪ੍ਰਥਮ ਭਏ ਪਾਤਸ਼ਾਹ ਜੀ ਤਨ ਕੀ ਵਡਿਆਈ ਪ੍ਰਥਮ ਭਏ ਪਾਤਸ਼ਾਹ ਜੀ ਤਨ ਕੀ ਵਡਿਆਈ ਹੁਣ ਜਿਹੜੇ ਪਹਿਲੇ ਸਤਗੁਰ ਹੋਏ ਸਨ ਉਹਨਾਂ ਦੀ ਵਡਿਆਈ ਕਰਨ ਲੱਗਾ ਜਿਤਿਸ ਜਾਨਿਓ ਰੁਖ ਅਦਿਕ ਬੋਲਿਓ ਕਰਜੋਰੀ ਤੇ ਜਦੂ ਮੂਡ ਵੇਖਿਆ ਜਹਾਂਗੀਰ ਦਾ ਜਹਾਂਗੀਰ ਦਾ ਮੂਡ ਵੇਖਿਆ ਵੀ ਥੋੜਾ ਸਹੀ ਹੈ ਮੇਰੇ ਹੱਕ ਦੇ ਵਿੱਚ ਮੇਰੇ ਫੇਵਰ ਦੇ ਵਿੱਚ ਚੰਦੂ ਫਿਰ ਜਹਾਂਗੀਰ ਨੂੰ ਬੋਲਦਾ ਹੈ ਹਜ਼ਰਤ ਜੀ ਪ੍ਰਥੀਆ ਗੁਰੂ ਤਨ ਪ੍ਰਾਨਿ ਵਿਛੋਰੇ ਤਿੱਖਨ ਲਗਾ ਬਾਦਸ਼ਾਹ ਸਲਾਮਤ ਇੱਕ ਗੱਲ ਦੱਸਾਂ ਉਹ ਜਿਹੜਾ ਪ੍ਰਥੀ ਚੰਦ ਸੀ ਗੁਰੂ ਅਰਜਨ ਦੇਵ ਦਾ ਭਰਾ ਉਹਦੀ ਮੌਤ ਹੋ ਗਈ ਹੈ ਉੱਚਾਈ ਕਰ ਗਿਆ ਹੈ ਵਾਦੇ ਸ੍ਰੀ ਨਾਨਕ ਖੁਤੀ ਸ਼ਬਰੀਤ ਚਲਾਈ ਗੁਰੂ ਨਾਨਕ ਸਾਹਿਬ ਜੀ ਨੇ ਗੱਦੀ ਤੋਰੀ ਸੀ ਇੱਕ ਸ਼ੁਭ ਰੀਤ ਚੰਗੀ ਰੀਤ ਚੰਗੀ ਮਰਿਆਦਾ ਕਾਇਮ ਕੀਤੀ ਸੀ ਮਤੋ ਸੰਤ ਚਿਤ ਸ਼ਾਂਤ ਜੁਗ ਮਤੋ ਸੰਤ ਸੰਤ ਸ਼ਾਂਤ ਜੁਤ ਅਤਮਤ ਚਤੁਰਾਈ ਤੇ ਗੁਰੂ ਨੇ ਸ਼ਾਂਤ ਚਿਤ ਵਾਲੇ ਸੰਤ ਸੇਵਕ ਸਿੱਖ ਪੈਦਾ ਕੀਤੇ ਸਨ ਜਿਨ੍ਹਾਂ ਦੀ ਮਤ ਵਿੱਚ ਚਤੁਰਾਈ ਸੀ ਸਿੱਖੀ ਦੇਸ਼ ਅਨੇਕ ਕੀ ਪਗ ਪੂਜਨ ਆਵੇ ਅਨੇਕਾਂ ਦੇਸ਼ਾਂ ਤੋਂ ਆਖਿਆਂ ਤੂੰ ਜਿਹੜੇ ਲੋਕ ਨੇ ਉਹ ਗੁਰੂ ਨੂੰ ਪੂਜਣ ਵਾਸਤੇ ਆਉਂਦੇ ਨੇ ਪੂਜਣ ਤੋਂ ਭਾਵ ਗੁਰੂ ਦੀ ਸਿੱਖਿਆ ਨੂੰ ਲੈਣ ਵਾਸਤੇ ਆਉਂਦੇ ਨੇ ਸਿੱਖੀ ਹਰੇਕ ਥਾਂ ਤੇ ਖਿਲਰੀ ਪਈ ਹੈ ਜਿਸ ਤਰ੍ਹਾਂ ਦਾਸ ਨੇ ਪਿਛਲਿਆਂ ਦੀਵਾਨਾਂ ਦੇ ਵਿੱਚ ਵੀ ਜ਼ਿਕਰ ਕੀਤਾ ਵੀ ਜਹਾਂਗੀਰ ਨੂੰ ਇਹ ਗੱਲ ਛੁਬਨੀ ਸ਼ੁਰੂ ਹੋ ਗਈ ਸੀ ਹਿੰਦੁਸਤਾਨ ਦੇ ਵਿੱਚ ਸਿੱਖੀ ਦਾ ਬੜਾ ਪ੍ਰਚਾਰ ਸੀ ਆਸੇ-ਪਾਸੇ ਦੇ ਦੇਸ਼ਾਂ ਦੇ ਵਿੱਚ ਜਹਾਂਗੀਰ ਨੂੰ ਇਹ ਗੱਲ ਛੁਬਦੀ ਪਈ ਸੀ ਵੀ ਸਿੱਖੀ ਇੰਨੀ ਫੈਲ ਗਈ ਹੈ ਹਰੇਕ ਥਾਂ ਤੇ ਸਿੱਖੀ ਵੱਧਦੀ ਪਈ ਹੈ ਉਹ ਝੂਠ ਦੀ ਦੁਕਾਨ ਕਹਿੰਦਾ ਸਿੱਖੀ ਨੂੰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੂੰ ਝੂਠਾ ਕਹਿੰਦਾ ਹੈ ਉਹ ਕਹਿੰਦਾ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਠੱਗਦੇ ਨੇ ਆਪਣੀ ਆਟੋ ਬਾਇਓਗ੍ਰਾਫੀ ਦੇ ਵਿੱਚ ਲਿਖਦਾ ਪਿਆ ਹੈ ਹੁਣ ਜਹਾਂਗੀਰ ਦੇ ਮਨ ਵਿੱਚ ਨਫ਼ਰਤ ਪੈਦਾ ਹੋ ਚੁੱਕੀ ਹੈ ਹੋ ਰਹੀ ਹੈ ਤੇ ਚੰਦੂ ਹੋਰ ਨਫ਼ਰਤ ਨੂੰ ਵਧਾ ਰਿਹਾ ਚੰਦੂ ਕਹਿੰਦਾ ਬਾਦਸ਼ਾਹ ਸਲਾਮਤ ਜਿਹੜੀ ਸਿੱਖੀ ਏ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਹੈ। ਅਨੇਕ ਅਕੋਰਨ ਆਨ ਕੈ ਤਨ ਕੋਰ ਪਾਵੇ। ਵੀ ਅਨੇਕਾਂ ਇਲਾਕਿਆਂ ਤੋਂ ਸਿਖਾ ਕੇ ਤੇ ਤਨ ਅਰਪਣ ਕਰਦੇ ਹਨ। ਅਨੁਜ ਨਾਮ ਅਰਜਨ ਐ ਮਨ ਮਹਿਦ ਹੰਕਾਰੀ। ਤੇ ਹੁਣ ਉਹਦਾ ਜਿਹੜਾ ਪ੍ਰਿਥੀ ਚੰਦ ਦਾ ਭਰਾ ਸੀ ਉਹਦਾ ਨਾਂ ਅਰਜਨ ਹੈ ਉਹ ਬਹੁਤ ਵੱਡਾ ਹੰਕਾਰੀ ਹੈ। ਆਖ ਤਰੇ ਆ ਨਹਿ ਨਹੀਂ। ਗੁਣੇ ਇੱਕ ਨਤ ਹਾਰੀ ਵੀ ਅੱਖ ਦੇ ਥੱਲੇ ਲਿਆ ਕੇ ਰਾਜੀ ਨਹੀਂ ਭਾਵ ਇੰਨਾ ਹੰਕਾਰੀ ਕਿਸੇ ਨਾਲ ਸਿੱਧੀ ਅੱਖ ਗੱਲ ਹੀ ਨਹੀਂ ਕਰਦਾ ਇੱਕ ਵੀ ਹੁੰਦੇ ਵਿੱਚ ਗੁਣ ਨਹੀਂ ਹੈ ਆਇਓ ਨਿਕਟਨਾ ਆਪਕੇ ਨਿਜਲਖ ਹੈ ਵਿਸਾਲਾ ਬਾਦਸ਼ਾਹ ਸਲਾਮਤ ਤੁਸੀਂ ਲਾਹੌਰ ਵਿੱਚ ਉਹ ਅੰਮ੍ਰਿਤਸਰ ਦੇ ਵਿੱਚ ਦੂਰੀ ਘੱਟ ਹੈ ਪਰ ਤੁਹਾਨੂੰ ਇੱਥੇ ਮਿਲਣ ਵਾਸਤੇ ਨਹੀਂ ਆਇਆ ਇੰਨਾ ਹੰਕਾਰੀ ਹੈ ਪ੍ਰਥੀਆ ਆਇਓ ਕਈ 베ਰ ਇਹ ਸ਼ੀਲ ਰਸਾਲਾ ਤੇ ਜਿਹੜਾ ਪ੍ਰਥੀ ਚੰਦ ਸੀ ਉਹ ਤੇ ਤੁਹਾਨੂੰ ਮਿਲਣ ਵਾਸਤੇ ਕਈ ਵਾਰੀ ਆਇਆ ਸੀ ਦਿੱਲੀ ਵੀ ਆਇਆ ਸੀ ਇਸ ਕੋਸ ਤੇ ਇੱਕ ਮੇ ਸੁਨਿਓ ਪਾਛੇ ਥਿਰਗਾ ਦੀ ਤੇ ਬਾਦਸ਼ਾਹ ਸਲਾਮਤ ਮੈਂ ਸੁਨਿਆ ਪ੍ਰਿਥੀ ਚਾਂਦੀ ਮੌਤ ਤੋਂ ਬਾਅਦ ਹੁੰਦਾ ਜਿਹੜਾ ਇੱਕ ਪੁੱਤਰ ਹੈ ਉਹ ਉਹਦੀ ਗੱਦੀ ਤੇ ਉਹਦੀ ਥਾਂ ਤੇ ਬੈਠੇਗਾ ਕਰ ਹੈ ਪ੍ਰਤੀਖਨ ਆਪ ਤੇ ਬੈਠਣ ਹਿਤ ਸ਼ਾਦੀ ਤੇ ਉਹਦਾ ਪਰਿਵਾਰ ਉਹ ਵੇਟ ਕਰਦਾ ਪਿਆ ਤੁਹਾਡਾ ਤੁਹਾਡੀ ਵੇਟ ਕਰ ਰਿਹਾ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੁਝ ਭੇਟਾ ਕੁਝ ਉਹਨਾਂ ਦੇ ਵੱਲ ਭੇਜੋਗੇ ਸਿਰ ਪਾਓ ਹਜ਼ਰਤ ਕਰੈ ਸਿਰਪਾਗ ਬੰਧਾਵੈ ਤਾਂ ਫਿਰ ਉਹ ਸਿਰ ਤੇ ਸਿਰੋਪਾਓ ਹਜ਼ਰਤ ਕਰੈ ਸਿਰਪਾਗ ਬੰਧਾਵੈ ਵੀ ਜਦੋਂ ਬਾਦਸ਼ਾਹ ਕੋਈ ਸਿਰੋਪਾਓ ਭੇਜਦਾ ਹੈ ਕੋਈ ਉਪਹਾਰ ਭੇਜਦਾ ਹੈ ਪੱਗ ਭੇਜਦਾ ਹੈ ਤੇ ਉਹ ਪੱਗ ਨੂੰ ਬੰਨਦੇ ਨੇ ਤੇ ਫਿਰ ਸਮਝਦਾਨਗੇ ਵੀ ਬਾਦਸ਼ਾਹ ਦੇ ਵੱਲੋਂ ਮੋਹਰ ਲੱਗ ਗਈ ਹੈ। ਜੰਤਿ ਜਠਾਈ ਬਿਦਤ ਹੋਏ ਮਨਤਾ ਬਹੁ ਪਾਵੇ। ਭਾਵ ਪ੍ਰਿਥੀ ਚੰਦ ਦਾ ਪਰਿਵਾਰ ਤੁਹਾਡੀ ਵੇਟ ਕਰਦਾ ਪਿਆ ਤੁਸੀਂ ਕੋਈ ਪੱਗ ਭੇਜੋਗੇ ਉਹ ਸਿਰ ਤੇ ਬੰਨਣਗੇ। ਇਹ ਗੱਲ ਦੁਨੀਆ ਵਿੱਚ ਪ੍ਰਗਟ ਹੋ ਜਾਏਗੀ। ਇਹ ਗੱਲ ਦੀ ਮਨਤਾ ਹੋਏਗੀ। ਉਹਨਾਂ ਦਾ ਪਰਿਵਾਰ ਮਨਤਾ ਪ੍ਰਾਪਤ ਕਰੇਗਾ। ਸੁਨ ਦੀਵਾਨ ਤੇ ਸਾਹ ਤਬ ਕਰ ਹੁਕਮ ਦਿਵਾਇਓ। ਤੇ ਬਾਦਸ਼ਾਹ ਨੇ ਫਿਰ ਉਸ ਵਕਤ ਹੁਕਮ ਦਿੱਤਾ ਹੈ। ਤੁਮ ਲੈ ਆਪਣੇ ਪਾਸ ਅਬ ਤਹ ਦੇ ਉਪਚਾਇਓ। ਤੇ ਦੋਨੋ ਕਹਿਣ ਲੱਗਾ ਚੰਦੂ ਦੀਵਾਨ ਤੂੰ ਆਪਣੇ ਕੋਲੋਂ ਉਹਨਾਂ ਨੂੰ ਕੋਈ ਭੇਟਾ ਭੇਜ ਦੇ ਲੈ ਕਰਨ ਜਨ ਕੋ ਦਿਓ ਕਹਿ ਬਹੌਰ ਪ੍ਰਸੰਗਾ ਤੇ ਆਪਣੇ ਦਾਸ ਨੂੰ ਜਿਹੜਾ ਦਾਸ ਕੋਈ ਭੇਟਾ ਤੋਹਫਾ ਲੈ ਕੇ ਜਾਏਗਾ ਜਾਂ ਪੱਗ ਲੈ ਕੇ ਜਾਏਗਾ ਉਹਨੂੰ ਇਹ ਗੱਲ ਆਖ ਦਿਓ ਨਹੀਂ ਜੀਵ ਕਾ ਪ੍ਰਥਮ ਤੁਮ ਬਹੁ ਆਦਰ ਸੰਗਾ ਜਹਾਂਗੀਰ ਚੰਦੂ ਨੂੰ ਕਹਿੰਦਾ ਵੀ ਪ੍ਰਿਥੀ ਚੰਦ ਦੇ ਪਰਿਵਾਰ ਨੂੰ ਇਹ ਸੁਨੇਹਾ ਦਿਓ ਵੀ ਤੁਹਾਡਾ ਪਹਿਲਾਂ ਵੀ ਸਨਮਾਨ ਕੀਤਾ ਸੀ ਕੋਠਾ ਪਿੰਡ ਦਿੱਤਾ ਸੀ ਕੋਠੇ ਦਾ ਟੈਕਸ ਤੁਹਾਨੂੰ ਆਉਂਦਾ ਹੈ ਪਹਿਲਾਂ ਤੁਹਾਨੂੰ ਬਹੁਤ ਆਦਰ ਦਿੱਤਾ ਗਿਆ ਸੀ ਕੋਠੇ ਗ੍ਰਾਮ ਸੁਤ ਹਾਮ ਕਰ ਬਸਬਾਸ ਸਦੀਵਾ ਹੁਣ ਤੁਸੀਂ ਉਥੇ ਆਰਾਮ ਦੇ ਨਾਲ ਕੋਠੇ ਪਿੰਡ ਦੇ ਵਿੱਚ ਰਹਿਣਾ ਕਰੋ ਅਨਜ ਉਜ ਛਲਦਾਵ ਕਰ ਪਰਤੇਨਕ ਸੀਵਾ ਪਰ ਹੁਣ ਜਿਹੜਾ ਚੰਦੂ ਸੀ ਹੁਣ ਇਹਨੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਕੰਨ ਭਰਨ ਲਗਾ ਬਾਦਸ਼ਾ ਸਲਾਮਤ ਗੁਰੂ ਅਰਜਨ ਦੇਵ ਨੇ ਪ੍ਰਿਥੀ ਚੰਦ ਨੂੰ ਨਗਰ ਤੋਂ ਕੱਢ ਦਿੱਤਾ ਸੀ ਅਰਜਨ ਤਪਤੇ ਮਹਾ ਕਰ ਗਰਵ ਅਫਾਰਾ ਤੇ ਜਿਹੜਾ ਗੁਰੂ ਅਰਜਨ ਦੇਵੇ ਉਸ ਦਿਨ ਤੋਂ ਬੜਾ ਅਫਾਰਾ ਭਾਵ ਹੰਕਾਰ ਦੇ ਵਿੱਚ ਹੈ ਗੱਦੀ ਦੇ ਉੱਤੇ ਬੈੰਦਾ ਹੈ ਸਤਗੁਰੂ ਦੀ ਚੁਗਲੀ ਕਰ ਰਿਹਾ ਹੈ ਚੰਦੂ ਬਾਦਸ਼ਾ ਦੇ ਕੋਲ ਨਹੀਂ ਸ਼ਾਪ ਹੀ ਕੁਝ ਕਹੋ ਔਰ ਤੇ ਡਰ ਡਰਾ ਨਹੀਂ ਛਾਪੀ ਕੁਛ ਕਹਿਓ ਹੁਣ ਚੰਦੂ ਕੰਨ ਪਰਦਾ ਚੰਦੂ ਕਹਿੰਦਾ ਵੀ ਉਹ ਇਨਾਂ ਕੋ ਆਫਰ ਗਿਆ ਹੈ ਵੀ ਤੁਸੀਂ ਉਹਨੂੰ ਕੁਝ ਕਹਿੰਦੇ ਨਹੀਂ ਉਹਦੇ ਅੰਦਰ ਹੰਕਾਰ ਹੋਰ ਵੱਧਦਾ ਪਿਆ ਤੇ ਤੁਹਾਡਾ ਜਿਹੜਾ ਡਰ ਹੈ ਉਹ ਨਹੀਂ ਮੰਨਦਾ ਹੁਣ ਤਸਕਰ ਡਿਗਰਾਖ ਕਰ ਤਨ ਦੂਰ ਕੇ ਨੇਰੇ ਚੰਦੂ ਕਹਿੰਦਾ ਬਾਦਸ਼ਾਹ ਸਲਾਮਤ ਉਹ ਆਪਣੇ ਕੋਲ ਚੋਰ ਰੱਖਦਾ ਹੈ ਗੁਰੂ ਅਰਜਨ ਦੇਵ ਜਿਹੜੇ ਚੋਰ ਦੂਰ ਜਾਂ ਨੇੜੇ ਤੋਂ ਧੰਨ ਲਿਆ ਕੇ ਦਿੰਦੇ ਹਨ ਨਿਕਸਾਵੈ ਮੰਗਵਾਵਹੀ ਪਾਤਨੀ ਵਡੇਰੇ ਉਹ ਲੋਕਾਂ ਨੂੰ ਪਕੜ ਕੇ ਗੁਰੂ ਅਰਜਨ ਦੇਵ ਧਨੀ ਲੋਕਾਂ ਨੂੰ ਪਕੜ ਕੇ ਆਪਣੇ ਕੋਲ ਮੰਗਵਾਉਂਦਾ ਹੈ ਤਾਲ ਰਚਿਓ ਮੰਦਰ ਕਰਿਓ ਬਹੁ ਦਰਬ ਲਗਾਇਓ ਸਰੋਵਰ ਵੀ ਬਣਾਇਆ ਬੜਾ ਸੋਨਾ ਪੈਸਾ ਖਰਚ ਕੇ ਮੰਦਰ ਵੀ ਉਹਨੇ ਤਿਆਰ ਕੀਤਾ ਲੋਕਨ ਕੇ ਬਿਰਮਾਮ ਨੇ ਇੱਕ ਵਿਯੌਂਤ ਬਣਾਇਓ ਤੇ ਲੋਕਾਂ ਨੂੰ ਖਿੱਚਣ ਵਾਸਤੇ ਉਹਨੇ ਇੱਕ ਵਿਯੌਂਤ ਬਣਾਈ ਹੈ ਤੁਮ ਪਖਿਓ ਨਾ ਬੁਲਾਵਤਹਿ ਆਪੇ ਚਲ ਆਵੇ ਤੁਸੀਂ ਉਹਨੂੰ ਬੁਲਾਇਆ ਨਹੀਂ ਤੁਮ ਭਾਖਿਓ ਨਾ ਬਲਾਵਤ ਹਿਆਪੇ ਚਲਾਵੇ ਉਹਨੂੰ ਆਪੇ ਚੱਲ ਕੇ ਆਣਾ ਚਾਹੀਦਾ ਸੀ ਪਰ ਉਹ ਆਪੇ ਨਹੀਂ ਆਇਆ ਹੈ ਅਬ ਲਾ ਮਿਲਿਓ ਨਾ ਆਪਕੋ ਕੁਛ ਮਨ ਨਹੀਂ ਲਿਆਵੇ ਲਾਹੌਰ ਵਿੱਚ ਕਾਫੀ ਚਿਰ ਤੁਹਾਨੂੰ ਹੋ ਗਿਆ ਪਰ ਅਜੇ ਤੱਕ ਉਹਦੇ ਮਨ ਵਿੱਚ ਖਿਆਲ ਨਹੀਂ ਆਇਆ ਕਿ ਹਿੰਦੁਸਤਾਨ ਦਾ ਬਾਦਸ਼ਾਹ ਆਇਆ ਤੇ ਉਹਨੂੰ ਜਾ ਕੇ ਮੈਂ ਮਿਲ ਲਵਾਂ ਹਜ਼ਰਤ ਜੀ ਚਾਹੋ ਕਰ ਹੋ ਤਸਕਰ ਕੇ ਹੇਤਾ ਤੇਹੀ ਬਾਦਸ਼ਾਹ ਸਲਾਮਤ ਉਹ ਜਿਹੜਾ ਚੋਰਾਂ ਦਾ ਕਾਰਨਮ ਵਾਪਰਿਆ ਸੀ ਚੋਰਾਂ ਨੇ ਜਿਹੜੀ ਚੋਰੀ ਕੀਤੀ ਸੀ ਚਾਹੇ ਕਹੇ ਬੁਲਾਏ ਟਿਗ ਆਵश्यक ਏਤਾ ਚੋਰਾਂ ਨੇ ਆਪਣੀ ਕੈਂਪ ਦੇ ਵਿੱਚੋਂ ਡੇਰੇ ਦੇ ਵਿੱਚੋਂ ਜਿਹੜੀ ਕਿਤਾਬ ਚੁੱਕੀ ਸੀ ਉਹ ਚੋਰ ਇਹਦੇ ਕੋਲ ਗਏ ਸਨ ਮੈਂ ਚਾਹਨਾ ਉਸ ਕੇਸ ਦੇ ਸਬੰਧੀ ਗੁਰੂ ਅਰਜਨ ਦੇਵ ਨੂੰ ਇੱਥੇ ਬੁਲਾਣਾ ਕਰੋ ਸਾਹ ਕਹਿਓ ਨਹਿ ਆਏ ਜੇ ਪੁਨ ਲਹਿਮ ਬੁਲਾਈ ਤੇ ਬਾਦਸ਼ਾਹ ਕਹਿਨ ਲਗਾ ਚਲੋ ਜੇ ਗੁਰੂ ਅਰਜਨ ਦੇਵ ਨਹੀਂ ਆਏਗਾ ਤੇ ਆਪਾਂ ਅੱਗੇ ਸੱਦ ਲਵਾਂਗੇ ਨਿਸ਼ਚੈ ਕੀ ਜੈ ਸਾਚ ਇੱਕ ਕਹਿ ਮਿਥਿਆ ਗਾਈ ਪਰ ਨਿਸ਼ਚਾ ਕਰੋ ਵੀ ਵਾਕਿਆ ਇਹ ਗੱਲ ਸੱਚੀ ਕਿ ਝੂਠੀ ਹੈ ਵੀ ਵਾਕਿਆ ਹੀ ਗੁਰੂ ਅਰਜਨ ਦੇਵ ਕੋਲ ਛੋਰ ਰਹਿੰਦੇ ਨੇ ਕਿ ਨਹੀਂ ਰਹਿੰਦੇ ਜਿਹੜੀ ਕਿਤਾਬ ਚੁਕੀ ਗਈ ਸਾਡੀ ਕੀ ਵਾਕਿਆ ਹੀ ਉਹਨਾਂ ਚੋਰਾਂ ਨੇ ਚੁਕਾਈ ਜਿਹੜੇ ਗੁਰੂ ਦੇ ਕੋਲ ਸਨ ਇਹ ਗੱਲ ਦਾ ਨਿਰਣਾ ਕਰੋ ਵੀ ਚੋਰ ਹੈ ਨੇ ਕਿ ਨਹੀਂ ਜਿਉ ਕਿਉ ਕਰਨ ਜਿ ਦੇਸ਼ ਤੇ ਚੋਰੀ ਹਟਵਾਵੋ ਐਸੀ ਜਿੱਦਾਂ ਕਿਦਾਂ ਹੋ ਸਕੇ ਆਪਣੇ ਦੇਸ਼ ਤੋਂ ਚੋਰੀ ਨੂੰ ਖਤਮ ਕਰ ਦੇਣਾ ਹੈ ਜਹਾਂਗੀਰ ਇਹ ਗੱਲ ਆਖਦਾ ਪਿਆ ਹੈ ਸਾਬਤ ਕਰ ਗਹਿ ਲਈ ਜੀਏ ਨਹੀਂ ਝੂਠ ਲਗਾਵੋ ਤੇ ਚੰਦੂ ਨੂੰ ਕਹਿ ਲਗਾ ਝੂਠਾ ਦੋਸ਼ ਨਹੀਂ ਲਾਣਾ ਗੁਰੂ ਦੇ ਉੱਤੇ ਇਹ ਗੱਲ ਨੂੰ ਪਹਿਲਾਂ ਸਾਬਤ ਕਰ ਬੀ ਵਾਕਿਆ ਹੀ ਗੁਰੂ ਇਹ ਕੰਮ ਕਰਾਉਂਦਾ ਮੈਂ ਤੇ ਨਹੀਂ ਸੁਣਿਆ ਗੁਰੂ ਇਹ ਕੰਮ ਕਰਾਉਂਦਾ ਹੈ ਇਹ ਗੱਲ ਸਾਬਤ ਕਰਨੀ ਪਏਗੀ ਜਿਹੜਾ ਝੂਠਾ ਬਲੇਮ ਹੈ ਦੋਸ਼ ਹੈ ਉਹ ਨਹੀਂ ਲਗਾਉਣਾ ਬੋਹਰਾ ਚੰਦ ਆਨੰਦ ਬਿਲੰਦ ਰਿੱਧ ਲਖਨਿਜ ਰੁਖ ਕੀ ਬਾਤ ਤੇ ਹੁਣ ਹੋਇਆ ਕੀ ਹੈ ਦੁਬਾਰਾ ਜਦੋਂ ਗੱਲ ਉਛਾਲੀ ਗਈ ਗੱਲ ਨੂੰ ਥੋੜੀ ਜੀ ਬਾਦਸ਼ਾਹ ਨੇ ਸਪੋਰਟ ਦੇ ਦਿੱਤੀ ਤੇ ਸੋਚ ਵੀ ਲਿਆ ਵੀ ਇਸ ਕੇਸ ਦੀ ਪੈਰਵਾਈ ਕੀਤੀ ਜਾਏ ਚੰਦੂ ਥੋੜਾ ਜਿਹਾ ਖੁਸ਼ ਹੋ ਗਿਆ ਬੱਦਸ਼ਾਹ ਨੇ ਮੇਰੇ ਪੱਖ ਦੀ ਗੱਲ ਕੀਤੀ ਹੈ ਬਾਤ ਬ੍ਰਿਛ ਕੋ ਹਤ ਹੈ ਜਿਮ ਘਾਤ ਦੇਖ ਕਰ ਘਾਤ ਤੇ ਜਿਸ ਤਰ੍ਹਾਂ ਜਿਹੜੀ ਹਵਾ ਹੈ ਬਹੁਤ ਤੇਜ਼ ਹਵਾ ਰੁੱਖ ਨੂੰ ਡੇਗਦੀ ਹੈ ਇਸੇ ਤਰ੍ਹਾਂ ਸੋਚਿਆ ਵੀ ਹਵਾ ਹੁਣ ਮੇਰੇ ਪੱਖ ਦੇ ਵਿੱਚ ਵਗੀ ਹੈ ਹੁਣ ਇਹ ਗੱਲਾਂ ਨੁਕਸਾਨ ਦੇਣਗੀਆਂ ਗੁਰੂ ਅਰਜੁਨ ਦੇਵ ਨੂੰ ਹੁਣ ਕਹਿੰਦਾ ਵੀ ਹੁਣ ਮੈਂ ਸਮਾ ਦੇ ਕਰਕੇ ਛੱਟ ਮਾਰਨੀ ਹੈ ਗੁਰੂ ਅਰਜਨ ਦੇਵ ਦੇ ਉੱਤੇ ਭਾਵ ਖਤਮ ਕਰ ਦੇਣਾ ਹੈ ਇਥੋਂ ਤੱਕ ਆਪਾਂ ਨੇ ਸਰਵਨ ਕਰ ਲਿਆ ਵੀ ਚੰਦੂ ਨੇ ਦੁਬਾਰਾ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਵਿਰੁੱਧ ਜਹਾਂਗੀਰ ਦੇ ਕੰਨਾਂ ਦੇ ਵਿੱਚ ਜ਼ਹਿਰ ਭਰਿਆ ਉਹ ਜ਼ਹਿਰ ਦਾ ਅਸਰ ਜਹਾਂਗੀਰ ਦੇ ਮਨ ਉਤੇ ਥੋੜਾ ਜਿਹਾ ਹੋ ਚੁੱਕਾ ਹੈ ਉਹ ਕਹਿ ਰਿਹਾ ਕਿਸ ਦੀ ਪੈਰਵਾਈ ਕਰੋ ਅਗਲੇ ਦੀਵਾਨਾ ਦੇ ਵਿੱਚ ਆਪਾਂ ਸਰਵਨ ਕਰਾਂਗੇ ਕਿ ਕਿਵੇਂ ਜਿਹੜਾ ਚੰਦੂ ਹੈ ਗੁਰੂ ਸਾਹਿਬ ਦੇ ਖਿਲਾਫ ਕਿਦਾਂ ਸਾਜ਼ਿਸ਼ ਰਚੇਗਾ ਇਹ دیਵਾਨ ਇਹ ਵਿਚਾਰਾ ਆਉਣ ਵਾਲੀ ਦੀਵਾਨਾਂ ਵਿੱਚ ਸਰਵਨ ਕਰਾਂਗੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ